ਕਬੀਰ ਰਾਤੀ ਹੋ ਵਹਿ ਕਾਰੀਆਂ ਕਰੇ ਉਬੇ ਜੰਤ ਲਹਿਫਾ ਹੀ ਉਠਤਾवते ਸੇ ਜਾਨ ਮਾਰੇ ਭਗਵੰਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੇ ਵਿੱਚ ਇਹ 10ਵਾਂ ਸਲੋਕ 1364 1365 ਅੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਪਰ ਸੁਭਾਏਮਾਨ ਹੈ। ਔਰ ਇਹਦੇ ਵਿੱਚ ਕਬੀਰ ਸਾਹਿਬ ਜੀ ਨੇ ਸਾਡੇ ਸਾਹਮਣੇ ਇਹ ਗੱਲ ਰੱਖੀ ਹੈ ਕਿ ਭਾਈ ਇਸ ਜੀਵਨ ਦੇ ਵਿੱਚ ਕੁਝ ਬੰਦੇ ਇਦਾਂ ਦੇ ਹੁੰਦੇ ਨੇ ਜਿਹੜੇ ਸਮਝ ਲਵੋ ਕਿ ਰੱਬ ਦੇ ਵੱਲੋਂ ਮਾਰੇ ਹੋਏ ਨੇ ਗੁਰੂ ਕਿਰਪਾ ਕਰੇ ਵੀ ਕਿਸੇ ਬੰਦੇ ਦੇ ਮਾਰੇ ਹੋਏ ਤੇ ਕਿਤੇ ਬਖਸ਼ੇ ਗਏ ਕਿਤੇ ਬੰਦੇ ਦੇ ਮਾਰੇ ਉਹਨਾਂ ਦਾ ਕਿਤੇ ਇਲਾਜ ਹੋ ਗਿਆ ਉਹਨਾਂ ਦੀ ਕਿਤੇ ਸੁਣੀ ਗਈ ਤੇ ਕਬੀਰ ਸਾਹਿਬ ਕਹਿੰਦੇ ਨੇ ਇਸ ਗੱਲ ਨੂੰ ਜਾਣੋ ਇਸ ਗੱਲ ਨੂੰ ਸਮਝੋ ਜਿਹੜੇ ਮਾਰੇ ਹੀ ਰੱਬ ਦੇ ਵੱਲੋਂ ਗਏ ਨੇ ਉਹ ਕਿੱਥੇ ਬਖਸ਼ੇ ਜਾਣਗੇ ਪਰ ਫਿਰ ਇੱਕ ਸਵਾਲ ਜਿਆ ਵੀ ਖੜਾ ਹੋ ਜਾਂਦਾ ਹੈ ਕਿ ਰੱਬ ਨੂੰ ਕੀ ਜ਼ਰੂਰਤ ਪੈ ਜਾਂਦੀ ਹੈ ਕਿ ਉਹ ਕਈ ਬੰਦਿਆਂ ਨੂੰ ਮਾਰ ਦਿੰਦਾ ਹੈ ਤੇ ਸਵੇਰੇ ਵੀ ਲਗਭਗ ਸਾਨੂੰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬਚਨ ਬਖਸ਼ਿਸ਼ ਕੀਤੇ ਸਨ ਇੱਥੇ ਹੁਣ ਮਾਰਨ ਦਾ ਮਤਲਬ ਇਹ ਨਹੀਂ ਚੱਲਦਾ ਪਿਆ ਜ਼ਿੰਦਗੀਆਂ ਖਤਮ ਕਰਨੀਆਂ ਕਿਉਂਕਿ ਜਦੋਂ ਅਸੀਂ ਵਿਚਾਰਾਂਗੇ ਕਿ ਸਰੀਰਕ ਮੌਤ ਤੇ ਹਰ ਇੱਕ ਦੇ ਉੱਤੇ ਹੈ ਭਾਵੇਂ ਉਹ ਚੋਰ ਹੈ ਭਾਵੇਂ ਉਹ ਸਾਧ ਹੈ ਸਰੀਰਕ ਮੌਤ ਸਾਰਿਆਂ ਦੇ ਉੱਤੇ ਹੈ ਉਹ ਹਰ ਇੱਕ ਦੇ ਉੱਤੇ ਹੀ ਆਉਣੀ ਹੈ ਮਹਾਰਾਜ ਉਹਨੂੰ ਕਹਿੰਦੇ ਨੇ ਕਿ ਮਾਰੈ ਰੱਖੈ ਇੱਕੋ ਆਪ ਸੰਤ ਨੂੰ ਜਨਮ ਦੇਣ ਵਾਲਾ ਚੋਰ ਨੂੰ ਜਨਮ ਦੇਣ ਵਾਲਾ ਸੰਤ ਨੂੰ ਖਤਮ ਕਰਨ ਵਾਲਾ ਚੋਰ ਨੂੰ ਖਤਮ ਕਰਨ ਵਾਲਾ ਅਕਾਲ ਪੁਰਖ ਵਹਿਗੁਰੂ ਹੈ ਇੱਥੇ ਮਰਨ ਦਾ ਸਬੰਧ ਕਾਲ ਦੇ ਨਾਲ ਸਮੇਂ ਦੇ ਨਾਲ ਨਹੀਂ ਹੈ ਇੱਥੇ ਮਰਨ ਦਾ ਸਬੰਧ ਹੈ ਜਿਹੜੇ ਜਿਉਂਦੇ ਜੀ ਇਸ ਜੀਵਨ ਦੇ ਵਿੱਚ ਮਰੇ ਹੋਏ ਬੰਦੇ ਨੇ ਗੁਰੂ ਬਖਸ਼ ਲਵੇ ਜਦੋਂ ਅਸੀਂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚੋਂ ਜੀਵਨ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਾਨੂੰ ਬਹੁਤੀ ਵਾਰ ਲਗਭਗ ਜਦੋਂ ਅਸੀਂ ਇਸ ਵਿਸ਼ੇ ਦੀ ਗੱਲ ਕਰਦੇ ਹਾਂ ਤੇ ਸਾਨੂੰ ਇਸ ਗੱਲ ਨੂੰ ਚਿੱਤ ਦੇ ਵਿੱਚ ਦ੍ਰਿੜ ਕਰਕੇ ਰੱਖ ਲੈਣਾ ਚਾਹੀਦਾ ਹੈ ਕਿ ਮਹਾਰਾਜ ਜੀ ਨੇ ਇਕੱਲੇ ਸਾਹ ਲੈਣ ਨੂੰ ਤੁਰ ਫਿਰ ਲੈਣ ਨੂੰ ਜਾਂ ਵਧੀਆ ਤੋਂ ਵਧੀਆ ਰੋਟੀ ਪਾਣੀ ਖਾ ਲੈਣ ਨੂੰ ਤੇ ਇਦਾਂ ਕਰਕੇ ਆਪਾਂ ਜ਼ਿੰਦਗੀ ਦੇ ਸਾਲ ਕੱਢ ਜਾਈਏ ਇਨਾਂ ਨੂੰ ਮਹਾਰਾਜ ਨੇ ਜੀਵਨ ਨਹੀਂ ਆਖਿਆ ਕਿ ਇਹ ਬੰਦਾ ਜਿੰਦਾ ਪਿਆ ਹੈ ਜੀਵਨ ਕੋਈ ਹੋਰ ਚੀਜ਼ ਹੈ ਜ਼ਿੰਦਗੀ ਕੋਈ ਹੋਰ ਚੀਜ਼ ਹੈ ਉਮਰ ਕੋਈ ਹੋਰ ਚੀਜ਼ ਹੈ ਉਮਰ ਦੇ ਵਿੱਚ ਜੀਵਨ ਕੋਈ ਹੋਰ ਚੀਜ਼ ਹੈ ਬਸ ਇੰਨੀ ਇੱਕ ਗੱਲ ਸਮਝਣ ਦੀ ਲੋੜ ਹੈ ਜੀਵਨ ਹਰ ਇੱਕ ਦਾ ਵੱਖਰਾ ਹੋ ਸਕਦਾ ਹੈ ਜਿੱਦਾਂ ਉਮਰ ਲਗਭਗ ਵੱਖਰੀ ਹੁੰਦੀ ਹੈ ਪਰ ਬੰਦੇ ਨੂੰ ਉਮਰ ਕਰਕੇ ਨਹੀਂ ਤੋਲਿਆ ਜਾਂਦਾ ਉਮਰ ਕਰਕੇ ਬੰਦੇ ਨੂੰ 2 ਸਾਲ 4 ਸਾਲ ਜੇ ਪਰਿਵਾਰ ਵਾਲੀ ਹੱਦ ਹੋਵੇ ਤੇ 10 ਸਾਲ ਕੋਈ ਯਾਦ ਰੱਖਦਾ ਹੈ ਉਮਰਾਂ ਕਰਕੇ ਇੰਨਾ ਕੀ ਬੰਦੇ ਨੂੰ ਚੇਤੇ ਰੱਖਿਆ ਜਾਂਦਾ ਔਰ ਜੀਵਨ ਕਰਕੇ ਬੰਦਿਆਂ ਨੂੰ ਸਦੀਆਂ ਕਰਕੇ ਚੇਤੇ ਕੀਤਾ ਜਾਂਦਾ ਕਿਉਂਕਿ ਗੱਲ ਜੀਵਨ ਦੀ ਹੁੰਦੀ ਹੈ ਗੱਲ ਉਮਰਾਂ ਦੀ ਨਹੀਂ ਹੁੰਦੀ ਕਿੰਨੀ ਉਮਰ ਦੇ ਵਿੱਚ ਉਸ ਬੰਦੇ ਨੇ ਕੀ ਕੀਤਾ ਹੈ ਮੁੱਖ ਗੱਲ ਇਹ ਰਹਿ ਗਈ ਹੈ ਇਥੋਂ ਗੱਲ ਸਾਡੀ ਸਮਝ ਦੇ ਵਿੱਚ ਆ ਜਾਵੇਗੀ ਕਿ ਮਹਾਰਾਜ ਨੇ ਜੀਵਨ ਨੂੰ ਉਮਰ ਦੇ ਨਾਲ ਨਹੀਂ ਆਖਿਆ ਕਿ ਉਮਰ ਲੰਮੀ ਹੈ ਤੇ ਜੀਵਨ ਵੀ ਕਮਾਲ ਦਾ ਹੋਵੇਗਾ ਸਹਿਬ ਜਾਦਿਆਂ ਦੀ ਉਮਰ ਜੇ ਆਮ ਆਪਾਂ ਇੱਕ ਮਾੜੀ ਮੋਟੀ ਦੀ ਸੋਚ ਦੇ ਵਿੱਚ ਸੋਚ ਕੇ ਵੇਖੀਏ ਤੇ 6 ਤੋਂ 8 ਸਾਲ ਉਮਰ ਕੀ ਹੈ ਵਾਹਿਗੁਰੂ ਉਮਰਾਂ ਬਖਸ਼ੇ ਅਸੀਂ ਆਪਣੀਆਂ ਉਮਰਾਂ ਦੇ 6 ਤੇ 8ਵੇਂ ਸਾਲ ਨੂੰ ਕਿਤੇ ਚੇਤੇ ਕਰ ਕੀ ਵੇਖਾਂਗੇ ਤੇ ਸ਼ਾਇਦ ਸਾਨੂੰ ਇੱਕ ਅਧਿਕਟਨਾ ਵੀ ਚੇਤੇ ਨਾ ਹੋਵੇ ਕਿ ਅਸੀਂ 6-8 ਸਾਲਾਂ ਚ ਕਿਵੇਂ ਹੁੰਦੇ ਸੀ ਹੁਣ ਦੀਆਂ ਤੇ ਗੱਲਾਂ ਹੀ ਬੜੀ ਦੂਰ ਦੀਆਂ ਇਹਨੂੰ ਹੁਣ ਜਵਾਨੀ ਵਾਲੇ ਪਾਸੇ ਤੋਂ ਕੱਢ ਦਈਏ 6 ਤੇ 8 ਸਾਲ ਉਮਰ ਕੀ ਹੈ ਕੁਝ ਵੀ ਨਹੀਂ ਹੈ ਪਰ ਜੇ ਇਹਨੂੰ ਧਿਆਨ ਦੇ ਨਾਲ ਵੇਖਾਂਗੇ ਕਿ ਇੱਕ ਪਾਸੇ ਉਮਰ ਤੇ ਛੋਟੀ ਹੈ ਪਰ ਉਸ ਉਮਰ ਦੇ ਵਿੱਚ ਕਰ ਕੀ ਦਿੱਤਾ ਗਿਆ ਹੈ ਜਿਦੇ ਕਰਕੇ ਜੀਵਨ ਨੂੰ ਚੇਤੇ ਰੱਖਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਮਹਾਰਾਜ ਨੇ ਹੋਰ ਉਦਾਹਰਣ ਵੀ ਦਿੱਤੀ ਹੈ ਗੁਰੂ ਅਰਜਨ ਸਾਹਿਬ ਦਾ ਹੀ ਬਚਨ ਹੈ ਪਤਸ਼ਾ ਕਿਰਪਾ ਕਰਦੇ ਨੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਆਪਾਂ ਕਈ ਵਾਰ ਬਚਨ ਪੜ੍ਹਦੇ ਹਾਂ ਹਰ ਬਿਸਰਤ ਸਦਾ ਖਵਾਰੀ ਤਾਕੋ ਧੋਖਾ ਕਹਾ ਬਿਆਪੈ ਜੋ ਕੋ ਊਠ ਤੁਹਾਰੀ ਉਥੇ ਬਚਨ ਆਉਂਦਾ ਹੈ ਹਜ਼ੂਰ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਤੋਂ ਬਿਨਾ ਇੱਕ ਸਿਰਫ ਉਮਰ ਬਿਤਾ ਦੇਣੀ ਵੀ ਮੈਂ ਇੰਨੇ ਸਾਲ ਕੱਢ ਕੇ ਗਿਆ ਹਾਂ ਇਸ ਧਰਤੀ ਦੇ ਉੱਤੇ ਵੀ ਇੱਕ ਜ਼ਿੰਦਗੀ ਕੱਢ ਦੇਣੀ ਪੂਰੀ ਉਹ ਕੀ ਹੈ ਪਾਤਸ਼ਾਹ ਕਹਿੰਦੇ ਸਿਰਫ ਇਵੇਂ ਹੈ ਜਿਵੇਂ ਸੱਪ ਦੀ ਉਮਰ ਬੜੀ ਲੰਮੀ ਹੁੰਦੀ ਹੈ ਕਈ ਜੰਤੂ ਨੇ ਕਈ ਜੀਵ ਨੇ ਉਹਨਾਂ ਦੀ ਉਮਰ ਬੰਦੇ ਨਾਲੋਂ ਵੱਡੀ ਹੈ ਹੁਣ ਜੇ ਸੱਪ ਬੰਦੇ ਨਾਲੋਂ ਲੰਮੀ ਉਮਰ ਦਾ ਵੀ ਹੋਵੇ ਤੇ ਪਯੋ ਦਾ ਕਮੀ ਜ਼ਿਆਰ ਛਡਣਾ ਹੈ ਉਹਨੇ ਤੇ ਜ਼ਿਆਰੀ ਸੁਟਣਾ ਹੈ ਭਾਵੇਂ 100 ਸਾਲ ਦਾ ਹੋ ਜਾਵੇ ਤੇ ਭਾਵੇਂ ਇਹ ਤੋਂ ਵੱਧ ਵੀ ਹੋ ਜਾਵੇ ਜਿੰਨੇ ਬੰਦਾ ਹੋ ਕੇ ਸਿਰਫ ਉਮਰ ਕੱਟੀ ਹੈ ਤੇ ਜੀਵਨ ਨੂੰ ਨਹੀਂ ਸਮਝਿਆ ਗੁਰੂ ਬਖਸ਼ ਲਵੇ ਅਸੀਂ ਥੋੜਾ ਜਿਆ ਜੇ ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਪਹਿਰਾ ਦੇ ਕੇ ਵੇਖਾਂਗੇ ਤੇ ਫਿਰ ਮਹਾਰਾਜ ਇਹੀ ਕਹਿਣਗੇ ਕਿ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰ ਜਾਰੀ ਜਿਹਦਾ ਲੰਮੀ ਉਮਰ ਵਾਲਾ ਸੱਪ ਜ਼ਿੰਦਗੀ ਜੀ ਕੇ ਚਲਾ ਗਿਆ ਹੈ ਤੇ ਕਰਦਾ ਕੀ ਹੈ ਹਜ਼ੂਰ ਕਹਿੰਦੇ ਨਵ ਖੰਡਨ ਕੋ ਰਾਜ ਕਮਾਵੇ ਹਰ ਇੱਕ ਧਰਤੀ ਦੇ ਹਿੱਸੇ ਦੇ ਉੱਤੇ ਰਾਜ ਕਰਨ ਵਾਲਾ ਵੀ ਹੋਵੇ ਕਿਦਾਂ ਦੀ ਜ਼ਿੰਦਗੀ ਜੀ ਕੇ ਚੱਲੇਗਾ ਅੰਤ ਚੱਲੇਗਾ ਹਾਰੀ ਉਮਰਾਂ ਵਾਲੇ ਬੰਦੇ ਅਕਸਰ ਹਾਰ ਕੇ ਜਾਂਦੇ ਨੇ ਇਸੇ ਕਰਕੇ ਸਾਡੇ ਵਿੱਚ ਇੱਕ ਦੇਸ਼ ਦੇ ਵਿੱਚ ਨਾ ਗੱਲ ਚੱਲਦੀ ਹੁੰਦੀ ਹੈ ਮਾਫੀ ਮੰਗ ਕੇ ਕਹਿ ਰਿਹਾ ਹਾਂ ਕਿਉਂਕਿ ਵਿਸ਼ਾ ਹੀ ਇਹ ਆ ਗਿਆ ਹੈ ਤੇ ਸਾਡੇ ਵਿੱਚ ਕਿੰਨੀ ਵੀ ਉਮਰ ਹੋ ਜਵੇ ਬੰਦੇ ਦੀ ਇਨਫ ਮੰਨੀ ਹੀ ਨਹੀਂ ਜਾਂਦੀ ਇਹ ਕਿਹਾ ਹੀ ਨਹੀਂ ਜਾਂਦਾ ਵੀ ਨਹੀਂ ਜੀ ਕੋਈ ਨਹੀਂ ਬਹੁਤ ਹੈ ਹੁਣ ਕਿਉਂਕਿ ਜੀਵਨ ਜਿੱਦਾਂ ਦਾ ਅਸੀਂ ਜੀ ਕੇ ਜਾਂਨੇ ਹਾਂ ਉਹਦੇ ਵਿੱਚ ਕੋਈ ਰੱਜ ਨਹੀਂ ਹੁੰਦਾ ਉਹਦੇ ਵਿੱਚ ਕੋਈ ਟਿਕਾ ਨਹੀਂ ਹੁੰਦਾ ਕੋਈ ਚੈਨ ਨਹੀਂ ਹੁੰਦਾ ਕੁਝ ਕੁ ਵਿਰਲਿਆਂ ਨੂੰ ਛੱਡ ਦਈਏ ਅਸੀਂ ਆਮ ਸਮਾਜ ਦੇ ਵਿੱਚ ਤੁਰ ਕੇ ਵੇਖਾਂਗੇ ਕਿੰਨੇ ਕ ਬੰਦੇ ਇਸ ਜੀਵਨ ਦੇ ਵਿੱਚ ਆਪਣੇ ਆਪ ਤੋਂ ਸੰਤੁਸ਼ਟ ਨੇ ਤੇ ਜਦੋਂ ਬੰਦਾ ਸੰਤੁਸ਼ਟੀ ਨਹੀਂ ਹੋ ਸਕਿਆ ਜੀਵਨ ਦੇ ਵਿੱਚ ਤੇ ਉਹਨੂੰ ਇੱਕ ਹਉਪ ਜਾਗਦੀ ਰਹਿੰਦੀ ਹੈ ਨਹੀਂ ਅੱਗੇ ਠੀਕ ਹੋ ਜਾਵੇਗਾ ਅੱਗੇ ਠੀਕ ਹੋ ਜਾਵੇਗਾ ਬਸ ਇਹੀ ਅੱਗੇ 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 ਆਉਂਦਿਆਂ ਜ਼ਿੰਦਗੀ ਤੇ ਇੱਕ ਦਿਨ ਖਤਮ ਹੋ ਹੀ ਜਾਣੀ ਆ ਕਿਉਂਕਿ ਉਹਦੇ ਵਿੱਚ ਤੇ ਮੌਲਤ ਮਿਲਣੀ ਨਹੀਂ ਮਾਲਕ ਨੇ ਗਿਣਤੀ ਦੀ ਭੇਜੀ ਹੋਈ ਸਾਡੇ ਦੇਸ਼ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਜਿੰਨੀਆਂ ਵੀ ਕਹਾਣੀਆਂ ਬਣਾਈਆਂ ਗਈਆਂ ਨੇ ਉਹ ਬੰਦੇ ਦੀ ਉਸ ਉਮੀਦ ਨੂੰ ਪੂਰਾ ਕਰਨ ਦੀ ਖਾਤਰ ਜਾਂ ਉਹਦੀ ਉਸ ਪਾਸੇ ਦੀ ਸੋਚ ਨੂੰ ਇੱਕ ਹੌਸਲਾ ਦੇਣ ਦੀ ਖਾਤਰ ਹੈ ਕਿ ਭਾਈ ਕੋਈ ਨਹੀਂ ਜੇ ਤੇਰੇ ਕੋਲ ਨਹੀਂ ਜੀਵਨ ਜੀਵਿਆ ਗਿਆ ਤੂੰ ਹੋਰ ਜੀਵਨ ਮੰਗ ਲੈ ਹੁਣ ਇਹਨੂੰ ਦੂਜੇ ਪਾਸੇ ਤੁਸੀਂ ਰਿਲੇਟ ਕਰਕੇ ਵੇਖ ਲਈਏ ਕਿ ਉਹ ਬੰਦੇ ਜਿਹੜੇ ਜ਼ਿੰਦਗੀ ਦੇ ਵਿੱਚ 17 17 18 18 ਸਾਲਾਂ ਦੇ ਵਿੱਚ ਹੀ ਇੰਨਾ ਜੀ ਗਏ ਕਿ ਜਿੰਨਾ ਗੁਰੂ ਕਿਰਪਾ ਕਰੇ ਅਸੀਂ ਤੇ ਸਾਰੇ ਸਮਝਣ ਦੇ ਲਈ ਬੈਠੇ ਹਾਂ ਉਮਰਾਂ ਕਦੀ ਖਤਮ ਨਹੀਂ ਹੁੰਦੀਆਂ ਮਤਾ ਕਿਤੇ ਸੋਚਣਾ ਕਿ ਉਹ ਸਾਲ ਲੰਘ ਗਏ ਜ਼ਿੰਦਗੀ ਚ ਤੇ ਗਾਂ ਕੁਝ ਬਣਦਾ ਨਹੀਂ ਪਰ ਜਿੰਨਾ ਬੰਦਿਆਂ ਨੇ 17 17 ਸਾਲ 18 18 ਸਾਲ ਜੀ ਲਏ ਤੇ ਉਹਨਾਂ 18 18 ਸਾਲਾਂ ਦੇ ਵਿੱਚ ਹੀ ਇੰਨਾ ਜੀ ਗਏ ਕਿ ਜਿੰਨਾ ਕੋਈ 17 75 ਸਾਲਾਂ ਵਾਲਾ ਵੀ ਨਾ ਜੀ ਕੇ ਗਿਆ ਹੋਵੇ ਤੇ ਉਹਨਾਂ 18 ਸਾਲਾਂ ਵਾਲਿਆਂ ਨੂੰ ਆਪਣੀ ਜ਼ਿੰਦਗੀ ਦੇ ਉੱਤੇ ਮਾਣ ਹੋਵੇਗਾ ਕਿ ਅਸੀਂ ਵੱਧ ਜੀ ਲਿਆ ਉਮਰਾਂ ਦੇਣ ਵਾਲਾ ਦਾਤਾ ਹੈ ਗੱਲ ਉਮਰ ਦੀ ਨਹੀਂ ਇੱਥੇ ਗੱਲ ਇੱਥੇ ਹੈ ਵੀ ਉਮਰ ਦੇ ਵਿੱਚ ਅਸੀਂ ਜੀ ਕੇ ਕੀ ਜਾਂਦੇ ਹਾਂ ਉਮਰ ਦੇ ਵਿੱਚ ਅਸੀਂ ਕਰਕੇ ਕੀ ਜਾਂਦੇ ਹਾਂ ਔਰ ਉਹਦੇ ਹਿਸਾਬ ਦੇ ਨਾਲ ਹੀ ਸਮਝ ਲਓ ਸਾਡਾ ਮਰਨਾ ਜਾਂ ਸਾਡਾ ਇਸ ਦੁਨੀਆ ਦੇ ਵਿੱਚ ਵਿਚਰਨਾ ਨਿਸ਼ਚਿਤ ਹੋ ਰਿਹਾ ਹੁੰਦਾ ਔਰ ਗੁਰੂ ਬਖਸ਼ਿਸ਼ ਕਰੇ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਹਜ਼ੂਰ ਨੇ ਮੈਂ ਕਿਉਂਕਿ ਬਚਨ ਆਪ ਜੀ ਦੇ ਅੱਗੇ ਰੱਖਦੇ ਨੇ ਜੇ ਮਰਦ ਕਹਿੰਦੇ ਨੇ ਕਿ ਮੈਂ ਤੁਹਾਨੂੰ ਇਹੋ ਜੇ ਤੁਰੇ ਫਿਰਦੇ ਬੰਦੇ ਵਿਖਾ ਸਕਦਾ ਹਾਂ ਜਿਹੜੇ ਤੁਰਦੇ ਫਿਰਦੇ ਪਏ ਨੇ ਪਰ ਬਿਲਕੁਲ ਮਰੇ ਹੋਏ ਬੰਦੇ ਵੀ ਤੁਰਦਾ ਫਿਰਦਾ ਤੇ ਮਰਿਆ ਬੰਦਾ ਕੀ ਹੈ ਵੀ ਉਮਰ ਕਰਕੇ ਤੇ ਜੀ ਰਿਹਾ ਹੈ ਜੀਵਨ ਕਰਕੇ ਬਿਲਕੁਲ ਮਰਿਆ ਬੰਦਾ ਜੀਵਨ ਕਰਕੇ ਔਰ ਕੀ ਹਾਲਾਤ ਨੇ ਇਸ ਜੀਵਨ ਦੇ ਤੁਸੀਂ ਜਦੋਂ ਸਮਾਜਿਕ ਤੌਰ ਦੇ ਉੱਤੇ ਕਿਉਂਕਿ ਅਸੀਂ ਚਲੋ ਇੱਕ ਨੀਵੇਂ ਲੈਵਲ ਦੀ ਗੱਲ ਬਾਬਾ ਕਬੀਰ ਸਾਹਿਬ ਨੇ ਇੱਥੇ ਆਖੀ ਹੈ ਉਹਦੇ ਵਿੱਚ ਅਸੀਂ ਵਿਚਾਰਾਂਗੇ ਕਿ ਰੱਬ ਦੇ ਵੱਲੋਂ ਬੰਦਾ ਕਿਦਾਂ ਮਾਰ ਦਿੱਤਾ ਜਾਂਦਾ ਇਹ ਜਿਹੜਾ ਮਾਰਿਆ ਜਾਂਦਾ ਹੈ ਇਹ ਮਾਰੇ ਜਾਣ ਦਾ ਮਤਲਬ ਹੈ ਉਮਰ ਕਰਕੇ ਨਹੀਂ ਇਹ ਮਾਰਿਆ ਜਾ ਰਿਹਾ ਹੈ ਫਿਰ ਰੱਬ ਨੇ ਮਤ ਹੀ ਨਹੀਂ ਅੰਨੀ ਪਾਈ ਰੱਬ ਨੇ ਨੂੰ ਰੱਬ ਨੂੰ ਕੀ ਜ਼ਰੂਰਤ ਪੈ ਗਈ ਸੀ ਕਿ ਰੱਬ ਮਤ ਨਾ ਪਾਵੇ ਜੇ ਬਾਕੀਆਂ ਦੇ ਵਿੱਚ ਪਾ ਸਕਦਾ ਸੀ ਤੇ ਉਹਦੇ ਵਿੱਚ ਮਤ ਕਿਉਂ ਨਹੀਂ ਪਾਈ ਰੱਬ ਨੇ ਗੁਰੂ ਸਾਹਿਬ ਕਹਿੰਦੇ ਹੁੰਦੇ ਨੇ ਇਹ ਮਿਰਤਕ ਮੜਾ ਸਰੀਰ ਹੈ ਸਭ ਜਗ ਜਤ ਰਾਮ ਨਾਮ ਨਹੀਂ ਪਾਇਆ ਜੇ ਮਾਲਕ ਦਾ ਨਾਮ ਚੰਗਾ ਨਹੀਂ ਨਾ ਲੱਗਦਾ ਤੇ ਆ ਜਿਹੜਾ ਸਰੀਰ ਹੈ ਨਾ ਇਹ ਮੜੀ ਤੋਂ ਵੱਧ ਕੁਝ ਵੀ ਨਹੀਂ ਹੈ ਸਮਸ਼ਾਨ ਘਾਟ ਤੋਂ ਵੱਧ ਕੁਝ ਵੀ ਨਹੀਂ ਹੈ ਔਰ ਬਾਬਾ ਫਰੀਦ ਸਾਹਿਬ ਦਾ ਬਚਨ ਤੇ ਸ਼ਾਇਦ ਆਪ ਜੀ ਨੂੰ ਯਾਦ ਹੀ ਹੋਵੇਗਾ ਹਜ਼ੂਰ ਕਹਿੰਦੇ ਨੇ ਫਰੀਦਾ ਜਿਤ ਤਨ ਬਿਰਹੋ ਨ ਉਪਜੈ ਸੋ ਤਨ ਜਾਣ ਮਸਾਣ ਮਸਾਣ ਸਮਸ਼ਾਨ ਘਾਟ ਨੂੰ ਐਬ੍ਰਿਵੀਏਟ ਕੀਤਾ ਹੋਇਆ ਸਮਸ਼ਾਨ ਕਹਿੰਦੇ ਕੀ ਹੈ ਜਿੱਦਾਂ ਸਮਸ਼ਾਨ ਘਾਟ ਦੇ ਲੋਕ ਨੇੜਿਆਂ ਦੀ ਲੋਕ ਲੰਘਦੇ ਡਰਦੇ ਨੇ ਨਾ ਕਿ ਮਨ 'ਚ ਵਹਿਮ ਹੁੰਦਾ ਕਿ ਕਿਤੇ ਕੁਝ ਹੋਵੇ ਨਾ ਬਾਬਾ ਫਰੀਦ ਸਾਹਿਬ ਕਹਿੰਦੇ ਹੁੰਦੇ ਨੇ ਜਿਹੜੇ ਸਰੀਰ ਦੇ ਵਿੱਚ ਮਾਲਕ ਦੇ ਪ੍ਰਤੀ ਇਦਾਂ ਦਾ ਅਹਿਸਾਸ ਨਹੀਂ ਜਾਗਿਆ ਉਹ ਕੀ ਹੈ ਕਹਿੰਦੇ ਸਮਝ ਲਓ ਮੜੀ ਹੈ ਹੋਰ ਕੁਝ ਵੀ ਨਹੀਂ ਹੈ ਥੋੜਾ ਜਿਹਾ ਔਖਾ ਲੱਗ ਸਕਦਾ ਸੁਣਨ ਨੂੰ ਪਰ ਤੁਸੀਂ ਮੈਂ ਇਹਨੂੰ ਇਦਾਂ ਨਹੀਂ ਕਹਿੰਦਾ ਹੁੰਦਾ ਕਿ ਚਾਰ ਪੰਜ ਬਣੀਆਂ ਬਣਾਈਆਂ ਗੱਲਾਂ ਦੇ ਵਿੱਚ ਗੱਲ ਕਰ ਜਾਵਾਂ ਜਦੋਂ ਤੱਕ ਸਾਡੇ ਜੀਵਨ ਨੂੰ ਉਹ ਗਲ ਸਟ੍ਰਾਈਕ ਹੀ ਨਹੀਂ ਕਰਦੀ ਤੇ ਗੱਲ ਕਰਨ ਦਾ ਤੇ ਗੱਲ ਸੁਣਨ ਦਾ ਫਾਇਦਾ ਵੀ ਕੀ ਹੈ ਤੁਸੀਂ ਆਪਣੇ ਹੀ ਹਿਸਾਬ ਦੇ ਨਾਲ ਆਪਣੇ ਆਪਣੇ ਬਿਨਾ ਕਿਸੇ ਕਿਤਾਬੀ ਗਿਆਨ ਦੇ ਉੱਤੇ ਜਾਂ ਬਿਨਾਂ ਕਿਸੇ ਹੋਰ ਕਿਸੇ ਸੋਚ ਦੇ ਵਿੱਚ ਆਪਣੇ ਆਪ ਦੇ ਵਿੱਚ ਸੋਚ ਕੇ ਵੇਖੋ ਕਿ ਸਾਡੇ ਦੇਸ਼ ਦਾ ਜਿਹੜਾ ਆਉਣ ਵਾਲਾ ਸਮਾਂ ਹੈ ਇਹਦੇ ਵਿੱਚ ਜੇ 100 ਦੇ ਵਿੱਚੋਂ ਮੰਨ ਲਓ 78 ਨੂੰ ਛੱਡ ਦਈਏ ਜਾਂ 20 ਨੂੰ ਵੀ ਛੱਡ ਦਈਏ ਤੇ 100 ਦੇ ਵਿੱਚੋਂ ਆਪਣੇ ਆਪਣੇ ਹਿਸਾਬ ਦੇ ਨਾਲ ਸੋਚ ਲੈਣਾ ਮੈਂ ਆਪਣੇ ਹੋਰ ਤਰੀਕੇ ਨਾਲ ਸੋਚਦਾ ਹਾਂ ਮੈਂ ਇੰਪੋਜ਼ ਨਹੀਂ ਕਰਦਾ ਹੁੰਦਾ ਕਿਸੇ ਚੀਜ਼ ਨੂੰ ਵੀ ਤੁਸੀਂ ਵੀ ਇਦਾਂ ਹੀ ਸੋਚੋ ਪਰ ਇਸ 100 ਦੇ ਵਿੱਚੋਂ ਸੋਚ ਕੇ ਵੇਖਿਓ ਕਿ 100 ਦੇ ਵਿੱਚੋਂ ਮੈਜਰ ਕਿੰਨੇ ਨੇ ਇਸ 100 ਦੇ ਵਿੱਚੋਂ ਉਹ ਸਿਆਣੇ ਬੰਦੇ ਕਿੰਨੇ ਨੇ ਪੜੇ ਲਿਖੇ ਨਹੀਂ ਪੜੇ ਲਿਖੇ ਤਾਂ 100 ਦੇ ਵਿੱਚੋਂ 95 ਹੋ ਸਕਦੇ ਨੇ ਕਿ ਚਲੋ 5 ਕਿਸੇ ਹਾਲਤ ਕਰਕੇ ਨਾ ਪੜਨਗੇ 95 ਪੜੇ ਲਿਖੇ ਹੋਣਗੇ ਉਹ ਜਿਹੜੀ ਜੀਵਨ ਦੀ ਸੈਂਸ ਹੈ ਜੀਵਨ ਦੀ ਸਮਝ ਹੈ ਕੀ ਉਮਰਾਂ ਕੀ ਨੇ ਜੀਵਨ ਕੀ ਹੈ ਜ਼ਿੰਦਗੀ ਨੂੰ ਜੀਣਾ ਕਿਹੜੇ ਬੇਸ ਦੇ ਉੱਤੇ ਚਾਹੀਦਾ ਹੈ ਜ਼ਿੰਦਗੀ ਦੇ ਵਿੱਚ ਮੈਂ ਕਰਦਾ ਕੀ ਪਿਆ ਹਾਂ ਕਿਹੜੇ ਬੰਦੇ ਜੀਵਨ ਨੂੰ ਕਿੱਦਾਂ ਵੇਖਦੇ ਨੇ ਮੈਂ ਕਿੱਦਾਂ ਵੇਖਦਾ ਪਿਆ ਹਾਂ ਇੱਕ ਕਿੰਨਿਆਂ ਕ ਬੰਦਿਆਂ ਦੇ ਅੰਦਰ ਸੈਂਸ ਹੈ ਸੋਸਾਇਟੀ ਦੇ ਵਿੱਚ ਆਪਣੇ ਨੇੜੇ ਦੀ ਵੇਖ ਲਈਏ ਬਾਕੀ ਤੇ ਆਪਾਂ ਦੂਰ ਦੀ ਗੱਲ ਹੀ ਨਹੀਂ ਕਰਦੇ ਆਪਾਂ ਕਹਿੰਦੇ ਵੀ ਦੁਨੀਆ ਨੂੰ ਆਪਾਂ ਐਨਾਲਿਸਿਸ ਨਹੀਂ ਕੀਤਾ ਨੇੜੇ-ਟੜੇ ਤੇ ਆਪਾਂ ਗੱਲਾਂ ਕਰਦੇ ਵਿੱਚਰਦੇ ਹੀ ਆਂ ਕਿਹੜੇ ਬੰਦਿਆਂ ਦੇ ਕੋਲੋਂ ਕੀ ਨਿਕਲਦਾ ਪਿਆ ਇਹਨੂੰ ਸਮਝ ਲਿਓ ਥੋੜਾ ਜਿਹਾ ਬੰਦਾ ਆਪਣੇ ਕਰਮਾਂ ਦੇ ਕਰਕੇ ਹੌਲੀ-ਹੌਲੀ ਰੱਬ ਦੇ ਵੱਲੋਂ ਮਾਰ ਦਿੱਤਾ ਜਾਂਦਾ। ਰੱਬ ਦਾ ਕਿਸੇ ਨਾਲ ਵੈਰ ਨਹੀਂ ਆ ਵੀ ਰੱਬ ਮਾਰ ਦੇਵੇ ਮੈਂ ਬੇਨਤੀ ਕਰ ਦੇਵਾਂ ਰੱਬ ਨੂੰ ਕੀ ਲੋੜ ਪੈਗੀ ਵੀ ਬੰਦਾ ਮਾਰ ਕੇ ਰੱਖ ਦੇਵੇ। ਪਰ ਇੱਕ ਨਾ ਹਜ਼ੂਰ ਗੁਰੂ ਅੰਗਦ ਸਾਹਿਬ ਦਾ ਬਚਨ ਹੈ। ਕੁਦਰਤੀ ਤੌਰ ਦੇ ਉੱਤੇ ਕੋਈ ਬੰਦਾ ਸਰੀਰ ਕਰਕੇ ਪੂਰਾ ਨਾ ਪੈਦਾ ਹੋਇਆ ਹੋਵੇ। ਤੰਦਰੁਸਤੀ ਦੇਵੇ ਪਾਤਸ਼ਾਹ ਚਲੋ ਆਪਾਂ ਗੱਲ ਕਰਦੇ ਪਏ ਹਾਂ। ਪੀ ਕਿਸੇ ਦੀ ਅੱਖ ਘਟ ਹੋਵੇ ਕਿਸੇ ਦੀ ਲੱਤ ਠੀਕ ਨਾ ਹੋਵੇ ਕਿਸੇ ਦੀ ਬਾਹ ਠੀਕ ਨਾ ਹੋਵੇ ਕੋਈ ਵੀ ਸਰੀਰ ਤੋਂ ਡਿਸੇਬਲ ਹੋਵੇ ਕਿਸੇ ਵੀ ਹਿੱਸੇ ਤੋਂ ਕੁਝ ਵੀ ਹੋਵੇ ਤੇ ਤੁਸੀਂ ਸੁਭਾਵਕ ਵੇਖਿਓ ਜਿਹੜੇ ਬੰਦੇ ਦੇ ਅੰਦਰ ਵਾਕਿਆ ਦਿਲ ਹੈ ਤੇ ਬੰਦੇ ਦਾ ਦਿਲ ਹੈ ਉਸ ਬੰਦੇ ਦੇ ਅੰਦਰ ਉਸ ਬੰਦੇ ਦੇ ਪ੍ਰਤੀ ਇੱਕ ਹਮਦਰਦੀ ਪੈਦਾ ਹੋ ਜਾਵੇਗੀ ਪੀ ਅਕਾਲ ਪੁਰਖ ਵਾਹਿਗੁਰੂ ਨੇ ਵਿਚਾਰੇ ਨੇ ਇਦਾਂ ਦਾ ਰੱਖ ਦਿੱਤਾ ਆਪਾਂ ਇਹੋ ਕਹਿੰਦੇ ਆ ਪੀ ਇਹ ਤੇ ਭਾਈ ਰੱਬ ਦੇ ਵੱਲੋਂ ਮਾਰਿਆ ਹੋਇਆ ਬੰਦਾ ਆਪਾਂ ਇਹਨੂੰ ਕੀ ਕਹਿ ਦਈਏ ਅਪਾ ਅਕਸਰ ਇਸ ਗੱਲ ਨੂੰ ਕਵਾਂਗੇ ਵੀ ਉਹਦੇ ਵੱਲ ਵੇਖ ਕੇ ਇੱਕ ਤਰਸ ਦੀ ਭਾਵਨਾ ਪੈਦਾ ਹੋ ਗਈ ਜਿਹੜਾ ਰੱਬ ਦੇ ਵੱਲੋਂ ਮਾਰੇ ਆ ਗਿਆ ਹੁਣ ਇੱਥੇ ਦੂਜੇ ਤਰੀਕਿਆਂ ਦੇ ਬੰਦੇ ਨੇ ਜਿਹੜੇ ਰੱਬ ਦੇ ਵੱਲੋਂ ਮਾਰੇ ਜਾਂਦੇ ਨੇ ਉਹ ਕਿਹੜੇ ਨੇ ਬਾਬਾ ਕਬੀਰ ਕਹਿੰਦੇ ਉਹ ਉਹ ਬੰਦੇ ਨੇ ਜਿਨ੍ਹਾਂ ਨੂੰ ਇਸ ਜੀਵਨ ਦੇ ਵਿੱਚ ਆ ਕੇ ਆਪਣੀ ਹੋਂਦ ਦਾ ਅਹਿਸਾਸ ਨਹੀਂ ਹੁੰਦਾ ਵੀ ਸਾਨੂੰ ਕਰਨਾ ਕੀ ਚਾਹੀਦਾ ਤੇ ਅਸੀਂ ਕਰੀ ਕੀ ਜਾਂਦੇ ਹਾਂ ਰੱਬ ਦੇ ਵੱਲੋਂ ਮਾਰੇ ਹੋਏ ਬੰਦੇ ਤੇ ਮੈਂ ਬੇਨਤੀ ਕੀਤੀ ਹੈ ਹਰ ਇੱਕ ਚੀਜ਼ ਮੰਨ ਲਓ ਕਿਸੇ ਦਾ ਕਿਸੇ ਬੰਦੇ ਨੇ ਨੁਕਸਾਨ ਕਰ ਦਿੱਤਾ ਧੋਖਾ ਕਰ ਦਿੱਤਾ ਤੇ ਉਹ ਆ ਗਿਆ ਵੀ ਮਹਾਰਾਜ ਮੇਰੇ ਨਾਲ ਇਦਾਂ ਹੋ ਗਿਆ ਤੇ ਮਹਾਰਾਜ ਨਿਆਂ ਕਰ ਦੇਵੇ ਤੇ ਜਿਹਨੂੰ ਮਾਰਿਆ ਹੀ ਮਹਾਰਾਜ ਨੇ ਉਹਨਾਂ ਨੂੰ ਕਿੱਥੇ ਥਾਂ ਮਿਲਣੀ ਹੈ ਭਾਈ ਬਰ ਬਚਨ ਆਉਂਦਾ ਹੈ ਹਜ਼ੂਰ ਦਾ ਜੋ ਮਾਰੇ ਤਿਨ ਪਾਰ ਬ੍ਰਹਮ ਸਿ ਕਿਸੈ ਨਾ ਸੰਦੇ ਜਿਹੜੇ ਰੱਬ ਨੇ ਮਾਰ ਕੇ ਰੱਖ ਦਿੱਤੇ ਮਜਾਲ ਹੈ ਕਿਤੇ ਬਾਦ ਦੇ ਵਿੱਚ ਸਿੱਧੇ ਹੋ ਜਾਣ ਤੇ ਕਈ ਜਨਮ ਲੱਗ ਜਾਂਦੇ ਨੇ ਫਿਰ ਏ ਸੀਜ ਦੇ ਵਿੱਚੋਂ ਹੀ ਘੁੰਮਦਿਆਂ ਘੁੰਮਦਿਆਂ ਇੱਕੋ ਹੀ ਬਾਣੀ ਦਾ ਬਚਨ ਮੈਂ ਆਪ ਜੀ ਦੇ ਅੱਗੇ ਰੱਖ ਦੇਵਾਂ ਹਜ਼ੂਰ ਕਹਿੰਦੇ ਨੇ ਕਿ ਜਿਸ ਹੈ ਦਿਖਾਲਾਂ ਵਾਟੜੀ ਤਿਸੈ ਭੁਲਾਵੇ ਕੌਣ ਜਿਸ ਹੈ ਭੁਲਾਈ ਪੰਧ ਸਿਰ ਤਿਸੈ ਵਿਖਾਲੇ ਕੌਣ ਹਜ਼ੂਰ ਕਹਿੰਦੇ ਨੇ ਰੱਬ ਇਸ ਗੱਲ ਨੂੰ ਸਮਝਾ ਦਿੰਦਾ ਹੁੰਦਾ ਜੀਵਨ ਦੇ ਵਿੱਚ ਵੀ ਜਿੰਨੂੰ ਮੈਂ ਰਸਤਾ ਵਿਖਾ ਦੇਵਾਂ ਕਿਸੇ ਬੰਦੇ ਦੀ ਕੀ ਮਜ਼ਾਲ ਹੈ ਪਈ ਰਸਤਾ ਭੁੱਲ ਜਾਵੇ ਤੇ ਜਾਂ ਉਹਨੂੰ ਦੂਜਾ ਬੰਦਾ ਕੁਝ ਕਰਕੇ ਰਸਤਾ ਭੁਲਾ ਦੇਵੇ ਤੇ ਪਰ ਕਹਿੰਦੇ ਰੱਬ ਇਹ ਵੀ ਆਖ ਦਿੰਦਾ ਹੈ ਕਿ ਜਿਹਨੂੰ ਮੈਂ ਰਸਤਾ ਭੁਲਾ ਦੇਵਾਂ ਫਿਰ ساری ਦੁਨੀਆ ਦੇ ਬੰਦੇ ਜ਼ੋਰ ਲਾ ਲੈਣ ਪੀ ਇਹਨੂੰ ਰਸਤਾ ਵਿਖਾਉਣਾ ਫਿਰ ਮਜਾ ਲ ਕਿਸੇ ਦੀ ਰਸਤਾ ਲੱਭ ਜਾਵੇ ਜੀਵਨ ਦੇ ਵਿੱਚ ਰੱਬ ਨੇ ਮਾਰ ਦਿੱਤੇ ਨੇ ਔਰ ਮਤਾ ਕਿਤੇ ਇਸ ਪਾਸੇ ਤੋਂ ਇੱਥੇ ਇਹ ਭਾਵ ਨੇ ਕਿ ਰੱਬ ਬੜਾ ਨਿਰਦਈ ਜਿਆ ਹੈ ਰੱਬ ਨੇ ਤੇ ਰਿਜ਼ਲਟ ਹੀ ਵੇਖਿਆ ਹੈ ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹ ਕਰਾਏ ਦਾ ਕੀ ਹੈ ਸੁਲਤਾਨ ਆਪਣੇ ਦਰਵਾਜ਼ਿਆਂ ਦੇ ਅੱਗੇ ਨਹੀਂ ਲੋਕਾਂ ਨੂੰ ਆਉਣ ਦਿੰਦੇ ਮਰਦ ਕਹਿੰਦੇ ਉਹਨਾਂ ਦੀ ਹਾਲਤ ਇਦਾਂ ਦੀ ਕਰਕੇ ਰੱਖ ਦਿੰਦਾ ਹੈ ਦਰ ਮੰਗਣ ਭਿਖ ਨਾ ਪਾਏਂਦਾ ਮੰਗਦੇ ਫਿਰਦੇ ਨੇ ਲੋਕੀ ਭਿਖਿਆ ਵੀ ਨਹੀਂ ਪਾਉਂਦੇ ਜਿਹੜੇ ਲੋਕਾਂ ਨੂੰ ਵੰਡਦੇ ਲੋਕੀ ਕਹਿੰਦੇ ਨੇ ਪਰੇ ਹੋ ਜਾ ਤੂੰ ਲਾਗੇ ਵੀ ਨਾ ਆ ਸਾਡੇ ਇਹ ਕੀ ਹੋ ਗਿਆ ਵੀ ਰੱਬ ਦਾ ਕੋਈ ਵੈਰ ਸੀ ਹਜ਼ੂਰ ਕਹਿੰਦੇ ਨੇ ਗੱਲ ਹੈ ਆਪਣੇ ਕਰਮਾਂ ਦੇ ਉੱਤੇ ਚਲੋ ਉਦਾਹਰਨ ਦੇ ਤੌਰ ਤੇ ਇੱਕ ਗੱਲ ਸਮਝ ਲਈਏ ਫਿਰ ਸ਼ਲੋਕ ਵਾਲਾ ਪਾਸਾ ਸਾਨੂੰ ਸਮਝ ਆਵੇਗਾ ਉਹ ਬਚਨ ਆਉਂਦੇ ਨੇ ਮਹਾਰਾਜ ਜੀ ਦੇ ਮੈਂ ਸਵੇਰੇ ਵੀ ਉਦਾਹਰਣ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਕਿ ਪ੍ਰਿੰਸੀਪਲ ਹੈ ਸਕੂਲ ਦੇ ਵਿੱਚ ਬੱਚਾ ਪੜਦਾ ਪਿਆ ਰਿਜ਼ਲਟ ਆਇਆ ਤੇ ਉਹ ਰਿਜ਼ਲਟ ਤੋਂ ਬਾਅਦ ਵਿੱਚ ਪਤਾ ਕੀ ਕਹਿੰਦਾ ਪਿਆ ਮੈਨੂੰ ਟੀਚਰ ਨੇ ਫੇਲ ਕਰ ਦਿੱਤਾ ਮੈਨੂੰ ਪ੍ਰਿੰਸੀਪਲ ਨੇ ਫੇਲ ਕਰ ਦਿੱਤਾ ਠੀਕ ਹੈ ਪ੍ਰਿੰਸੀਪਲ ਨੇ ਫੇਲ ਕੀਤਾ ਹੈ ਉਹ ਨਾਲ ਫੇਲ ਕਰੇ ਤਾਂ ਕੌਣ ਫੇਲ ਹੋ ਸਕਦਾ ਉਹਦੇ ਸਿਗਨੇਚਰ ਹੋਏ ਨੇ ਕਲਾਸ ਦੇ ਵਿੱਚ ਟੀਚਰ ਦੇ ਸਿਗਨੇਚਰ ਹੋਏ ਨੇ ਤਾਂ ਤਾਂ ਉਹਦਾ ਸਰਟੀਫਿਕੇਟ ਤਿਆਰ ਹੋਇਆ ਵੀ ਹਾਂਜੀ ਬੱਚਾ ਫੇਲ ਹੋ ਗਿਆ ਉਹ ਨਾਲ ਫੇਲ ਕਰਦਾ ਤੇ ਹੋਰ ਕੌਣ ਫੇਲ ਕਰਦਾ ਬਾਰੋਂ 50 ਲੋਕਾਂ ਨੂੰ ਤੂੰ ਫੇਲ ਹੋ ਜਾਣਾ ਉਦੋਂ ਤੱਕ ਮੰਨਿਆ ਹੀ ਨਹੀਂ ਜਾਂਦਾ ਜਦੋਂ ਤੱਕ ਟੀਚਰ ਨਾ ਲਿਖ ਦੇਵੇ ਕਹਿਣ ਨੂੰ ਤੇ ਇਹੀ ਆ ਵੀ ਟੀਚਰ ਫੇਲ ਕਰ ਦੇਵੇ ਕਹਿਣ ਨੂੰ ਇਹੋ ਹੀ ਆ ਵੀ ਟੀਚਰ ਟੀਚਰ ਨੇ ਫੇਲ ਕੀਤਾ ਪਰ ਟੀਚਰ ਨੂੰ ਕੀ ਲੋੜ ਸੀ ਟੀਚਰ ਅਧਿਆਨ ਨੂੰ ਪਾਸ ਕਰ ਸਕਦਾ ਸੀ ਤੇ ਇਹਦੇ ਨਾਲ ਕੋਈ ਟੀਚਰ ਦਾ ਵੈਰ ਥੋੜਾ ਸੀ ਬਸ ਗੱਲ ਇੰਨੀ ਕੁ ਸੀ ਕਿ ਭਾਈ ਜਿਹੋ ਜੇ ਆਪਣੇ ਕਰਮ ਉਹ ਜਾ ਫਲ ਲੈ ਗਿਆ ਫੇਲ ਟੀਚਰ ਨਹੀਂ ਕੀਤਾ ਹੈ ਮਾਰਿਆ ਅਕਾਲ ਪੁਰਖ ਨਹੀਂ ਹੈ ਪਰ ਮਾਰਿਆ ਕਿਹੜੀ ਗੱਲ ਤੋਂ ਮਾਰ ਐਵੇਂ ਥੋੜਾ ਦਿੱਤਾ ਮਾਰਿਆ ਆਪਣੇ ਕਰਮਾਂ ਤੇ ਮਾਰਿਆ ਆਪਣੇ ਕੰਮਾਂ ਨੂੰ ਵੇਖ ਕੇ ਜਿਹੋ ਜੇ ਕਰਮ ਕੀਤੇ ਉਹ ਦਾ ਫਲ ਲੈ ਲਿਆ ਹਜ਼ੂਰ ਕਹਿੰਦੇ ਨੇ ਕਬੀਰ ਰਾਤੀ ਹੋਵੈ ਕਾਰੀਆਂ ਜਦੋਂ ਰਾਤਾਂ ਕਾਲੀਆਂ ਹੋ ਜਾਂਦੀਆਂ ਨੇ ਕਾਲੀਆਂ ਰਾਤਾਂ ਦਾ ਮਤਲਬ ਹਨੇਰਾ ਹੋ ਜਾਂਦਾ ਹੈ ਕਰੇ ਊਭੇ ਜੰਤ ਜਿਹੜੇ ਕਾਲੀ ਮੱਤ ਵਾਲੇ ਬੰਦੇ ਨੇ ਮੈਲੀ ਮੱਤ ਵਾਲੇ ਬੰਦੇ ਨੇ ਉਹ ਉਦੋਂ ਸੁਚੇਤ ਹੋ ਜਾਂਦੇ ਨੇ ਤੁਸੀਂ ਕਿਤੇ ਵੇਖਿਓ ਬੰਦੇ ਜਿਆਦਾ ਖਰਾਬੀ ਕਿੱਥੇ ਕਰਦੇ ਪਏ ਨੇ ਜਿੱਥੇ ਕੋਈ ਰੋਕਣ ਵਾਲਾ ਨਹੀਂ ਹੈ ਬੰਦਿਆਂ ਦੇ ਨਾਲ ਧੋਖੇ ਕਿੱਥੇ ਹੋ ਰਹੇ ਨੇ ਜਿੱਥੇ ਕੋਈ ਧਿਆਨ ਰੱਖਣ ਵਾਲਾ ਨਹੀਂ ਹੈ ਪਹਿਲਾਂ ਚੋਰੀਆਂ ਜਿਹੜੀਆਂ ਸੀ ਚੋਰੀ ਤੇ ਠੱਗੀ ਦੇ ਵਿੱਚ ਹੀ ਫਰਕ ਹੁੰਦਾ ਵੀ ਜਦੋਂ ਚੋਰੀ ਹੋ ਜਾਂਦੀ ਹੈ ਸਾਨੂੰ ਪਤਾ ਨਹੀਂ ਲੱਗਦਾ ਠੱਗੀ ਹੋ ਜਾਂਦੀ ਹੈ ਤਾਂ ਸਾਡੇ ਨਾਲ ਗੱਲਬਾਤ ਹੋ ਰਹੀ ਹੁੰਦੀ ਹੈ ਪਤਾ ਤੇ ਉਦੋਂ ਵੀ ਸਾਨੂੰ ਬਾਅਦ ਚ ਹੀ ਲੱਗਦਾ ਹੈ ਪਰ ਠੱਗ ਦੇਣ ਦੇ ਵਿੱਚ ਹੀ ਠੱਗ ਲੈਂਦੇ ਨੇ ਚੋਰਾਂ ਨੂੰ ਥੋੜੀ ਜਿਹੀ ਰਾਤ ਦਾ ਹਨੇਰਾ ਚਾਹੀਦਾ ਹੁੰਦਾ ਹੈ ਇੰਨਾ ਕ ਫਰਕ ਹੈ ਅੱਜ ਕੱਲ ਤੇ ਉਹ ਵੀ ਨਹੀਂ ਚਾਹੀਦਾ ਹਜ਼ੂਰ ਕਹਿੰਦੇ ਨੇ ਹਰ ਇੱਕ ਸਮਝ ਲੋ ਬੰਦੇ ਨੂੰ ਆਪਣੇ ਆਪ ਦੇ ਵਿੱਚ ਆਉਣ ਦੇ ਲਈ ਇੱਕ ਸਪੇਸ ਚਾਹੀਦਾ ਤੇ ਇੱਕ ਟਾਈਮ ਚਾਹੀਦਾ ਹੁੰਦਾ ਵੀ ਉਹ ਬੰਦਾ ਅਸਲ ਦੇ ਵਿੱਚ ਹੈ ਕਿਦਾਂ ਦਾ ਹੈ ਕਾਲੀ ਮੱਤ ਵਾਲੇ ਬੰਦੇ ਨੂੰ ਮੈਲੀ ਮੱਤ ਵਾਲੇ ਬੰਦੇ ਨੂੰ ਆਪਣੀ ਹਰ ਇੱਛਾ ਪੂਰੀ ਕਰਨ ਦੇ ਲਈ ਇੱਕ ਸਮਾਂ ਚਾਹੀਦਾ ਹੈ ਕਿੰਨੇ ਕ ਐਕਟਿੰਗ ਕਰ ਲਵੇਗਾ ਬੰਦਾ ਹਜ਼ੂਰ ਕਹਿੰਦੇ ਨੇ ਜਦੋਂ ਰਾਤ ਕਾਲੀ ਹੋ ਜਾਂਦੀ ਹੈ ਕਾਲੀ ਰਾਤ ਦਾ ਮਤਲਬ ਫੇਰ ਦੁਹਰਾ ਦੇਵਾਂ ਜਿਸ ਵੇਲੇ ਸਮਾਂ ਇਦਾਂ ਦਾ ਹੋ ਜਾਂਦਾ ਕਿ ਬਾਕੀ ਜਾਣੇ ਸੌਂ ਜਾਂਦੇ ਨੇ ਬਾਕੀ ਜਾਣੇ ਇੰਨੇ ਸੁਚੇਤ ਨਹੀਂ ਰਹਿੰਦੇ ਅਵਿਸਲੇ ਹੋ ਜਾਂਦੇ ਨੇ ਬਾਕੀ ਜਾਣੇ ਰਾਤ ਦਾ ਮਤਲਬ ਇਹ ਲੈ ਲਓ ਹੁਣ ਇੱਥੇ ਰਾਤ ਦਾ ਮਤਲਬ ਜੇ ਸ਼ਹਿਰ ਤੇ ਲੈਣ ਲੱਗੀਏ ਤੇ ਉਹ 2-2 ਵਜੇ ਤੱਕ ਤੇ ਉਦਾਂ ਨਹੀਂ ਕੋਈ ਸੌਂਦਾ ਇੱਥੇ ਰਾਤ ਦਾ ਮਤਲਬ ਇਹ ਹੋ ਗਿਆ ਜਦੋਂ ਬਾਕੀ ਸਾਰੇ ਅਵੇਸਲੇ ਹੋ ਜਾਂਦੇ ਨੇ ਤੇ ਜਦੋਂ ਇਹ ਅਵੇਸਲੇ ਹੋਏ ਫਿਰ ਕੌਣ ਉੱਠ ਪਏ ਜਿਨ੍ਹਾਂ ਦਾ ਕੰਮ ਹੀ ਇਸ ਗੱਲ ਦੇ ਉੱਤੇ ਚੱਲਦਾ ਪਿਆ ਹੈ ਕਿ ਭਾਈ ਇਹ ਸੌਣ ਤੇ ਅਸੀਂ ਜਾਗ ਕੇ ਕੁਝ ਕਰੀਏ ਉਦੋਂ ਫਿਰ ਚੋਰ ਉੱਠ ਪਏ ਉਦੋਂ ਠੱਗ ਉੱਠ ਪਏ ਉਦੋਂ ਮਾੜੀ ਮਤ ਵਾਲੇ ਬੰਦੇ ਉੱਠ ਪਏ ਕਰੇ ਉਭੇ ਜੰਤ ਲੈ ਸਾਹੇ ਉਠਤਾਵਤੇ ਕਹਿੰਦੇ ਆਪਣੇ ਵੱਲੋਂ ਤੇ ਵਿਚਾਰੇ ਫਾਹੀਆਂ ਲੈ ਕੇ ਤੇ ਲੋਕਾਂ ਨੂੰ ਮਾਰਨ ਦੇ ਲਈ ਤੁਰ ਪਏ ਨੇ ਲੋਕਾਂ ਨੂੰ ਠੱਗਣ ਦੇ ਲਈ ਤੁਰ ਪਏ ਨੇ ਫਾਹੀਆਂ ਜੜੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਨੇ ਨਾ ਉਹ ਇਸ ਕਰਕੇ ਨੇ ਵੀ ਆਪਾਂ ਕਿਸੇ ਰਾਹੀਰ ਨੂੰ ਫੜ ਲਵਾਂਗੇ ਆਪਾਂ ਕਿਸੇ ਤੁਰੇ ਜਾਂਦੇ ਬੰਦੇ ਨੂੰ ਠੱਗ ਲਵਾਂਗੇ ਆਪਾਂ ਕਿਸੇ ਬੰਦੇ ਨੂੰ ਇਦਾਂ ਕਰਕੇ ਤੇ ਧੋਖਾ ਕਰ ਲਵਾਂਗੇ ਲੈ ਫਾਹੇ ਉਠਤਾਵਤੇ ਬੜੇ ਸੁਚੇਤ ਨੇ ਦੌੜਦੇ ਫਿਰਦੇ ਨੇ ਪਰ ਹੋਇਆ ਕੀ ਹੈ ਇਹਨਾਂ ਦਾ ਜੀਵਨ ਕੀ ਹੈ ਹਜ਼ੂਰ ਕਹਿੰਦੇ ਸੇ ਜਾਨ ਮਾਰੇ ਭਗਵੰਤ ਜਾਣ ਲੈ ਇਸ ਗੱਲ ਨੂੰ ਕਿ ਇਹ ਰੱਬ ਦੇ ਵੱਲੋਂ ਮਾਰੇ ਹੋਏ ਬੰਦੇ ਨੇ ਚੋਰ ਬੰਦਾ ਥੱਗ ਬੰਦਾ ਧੋਖੇਬਾਜ਼ ਬੰਦਾ ਜਿਹੜਾ ਬੰਦਾ ਮਿਚੋਰ ਨਹੀਂ ਹੈ ਜਿਹੜੇ ਬੰਦੇ ਨੂੰ ਉਮਰ ਤੇ ਜੀਵਨ ਦਾ ਫਰਕ ਨਹੀਂ ਪਤਾ ਜਿਹੜੇ ਬੰਦੇ ਨੂੰ ਇਹ ਹੀ ਨਹੀਂ ਪਤਾ ਮੈਂ ਜੀਵਨ ਦੇ ਵਿੱਚ ਕਰਨ ਕੀ ਆਇਆ ਹਾਂ ਜਿਹੜੇ ਬੰਦੇ ਨੂੰ ਆਪਣੀ ਸਮਝ ਹੀ ਨਹੀਂ ਪੈਦਾ ਹੋਈ ਇਸ ਜੀਵਨ ਦੇ ਵਿੱਚ ਆ ਕੇ ਗੁਰੂ ਬਖਸ਼ ਲਵੇ ਮਾਫੀ ਮੰਗ ਕੇ ਕਹਿ ਰਿਹਾ ਹਾਂ ਬਾਬਾ ਕਬੀਰ ਸਾਹਿਬ ਕਹਿੰਦੇ ਇਹਨਾਂ ਸਾਰਿਆਂ ਨੂੰ ਇੱਕ ਲੈਣ ਚ ਬੰਨ ਕੇ ਇਹ ਕਹਿ ਦੋ ਕਿ ਇਹ ਰੱਬ ਵੱਲੋਂ ਮਾਰੇ ਹੋਏ ਬੰਦੇ ਨੇ ਬਖਸ਼ ਲਵੇ ਪਾਤਸ਼ਾਹ ਤੇ ਮੈਂ ਫਿਰ ਇਸ ਗੱਲ ਨੂੰ ਜਦੋਂ ਮੈਂ ਸ਼ਲੋਕ ਨੂੰ ਵਿਚਾਰਦਾ ਹੁੰਨਾ ਤੇ ਮੈਂ ਹੈਰਾਨ ਹਸੀ ਮੈਂ ਕਿਉਂਕਿ ਵਾਰ-ਵਾਰ ਪੜ੍ਹਿਆ ਹੈ ਆਪਜੀ ਦੇ ਅੱਗੇ ਗੱਲ ਕਰਨੀ ਹੁੰਦੀ ਹੈ ਇਸ ਕਰਕੇ ਮੈਂ ਵੇਖਦਾ ਸੀ ਕਿ ਰੱਬ ਦੇ ਵੱਲੋਂ ਹੀ ਮਾਰੇ ਕਹਿ ਦਿੱਤਾ ਬੰਦਿਆਂ ਨੂੰ ਵੀ ਇੱਕ ਆਮ ਜੀਵਨ ਹੁੰਦਾ ਹੈ ਤੁਸੀਂ ਕਿਤੇ ਸੋਚ ਕੇ ਵੇਖੋ ਪੀ ਜੇ ਚੋਰੀ ਕਰਨੀ ਇੰਨੀ ਚੰਗੀ ਹੁੰਦੀ ਤੇ ਇਹਦੇ ਪਿੱਛੇ ਕਾਨੂੰਨ ਕਿਉਂ ਬਣਾਉਣੇ ਪੈਂਦੇ ਵੀ ਚੋਰ ਨੂੰ ਆ ਸਜ਼ਾ ਦੇਣੀ ਹੈ ਜੇ ਧੋਖੇ ਕਰਨੇ ਇੰਨੇ ਚੰਗੇ ਹੁੰਦੇ ਤੇ ਧੋਖੇਬਾਜ਼ਾਂ ਨੂੰ ਸਜ਼ਾਵਾ ਕਿਉਂ ਦਿੱਤੀਆਂ ਜਾਂਦੀਆਂ ਜੇ ਇਹ ਮਾੜੇ ਕੰਮ ਜਿੰਨੇ ਨੇ ਜਿਹੜੇ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਬੁਰੇ ਮੰਨੇ ਜਾਂਦੇ ਨੇ ਚਲੋ ਹੋ ਸਕਦਾ ਵੀ ਕੁਝ ਨਿਜਮ ਏਸ਼ ਦੇਸ਼ ਦੇ ਵਿੱਚ ਚੋਰੀ ਵਾਲੇ ਮੰਨੇ ਜਾਂਦੇ ਹੁਣ ਦੂਜੇ 'ਚ ਨਹੀਂ ਮੰਨੇ ਜਾਂਦੇ ਕੁਝ ਰੂਲ ਇੰਡੀਆ ਦੇ ਵਿੱਚ ਇਦਾਂ ਦੇ ਹੋਣਗੇ ਜਿਹੜੇ ਇੱਥੇ ਸਮਝ ਲਓ ਵੀ ਲੋਕਾਂ ਤੇ ਤੇ ਰੋਕ ਲੱਗੀ ਹੈ ਦੂਜੇ ਦੇਸ਼ਾਂ 'ਚ ਨਾ ਲੱਗੀ ਹੋਵੇ ਪਰ ਚੋਰੀ ਚੋਰੀ ਤਾਂ ਦੁਨੀਆ ਦੇ ਇੱਕ ਹਿੱਸੇ ਤੋਂ ਲੈ ਕੇ ਦੂਜੇ ਹਿੱਸੇ 'ਚ ਕਰ ਲਓ ਸਾਰੀਆਂ ਥਾਂ 'ਤੇ ਉਹੀ ਹੈ ਵੀ ਪਈਏ ਗਲਤ ਹੈ ਨਹੀਂ ਕਰਨੀ ਚਾਹੀਦੀ ਧੋਖਾ ਤੇ ਦੁਨੀਆ ਦੇ ਇੱਕ ਪੋਲ ਤੋਂ ਸ਼ੁਰੂ ਕਰ ਲਓ ਦੂਜੇ ਪੋਲ ਤੇ ਪਹੁੰਚ ਜਾਓ ਧੋਖਾ ਤੇ ਧੋਖਾ ਹੀ ਹੈ ਪਈਓ ਤੇ ਹਰ ਇੱਕ ਜਣਾ ਕਹਿੰਦਾ ਵੀ ਨਾ ਕਰੋ ਇਹ ਥੋੜਾ ਵੀ ਇੱਥੇ ਇਸ ਦੇਸ਼ ਦੇ ਵਿੱਚ ਧੋਖਾ ਇਲੀਗਲ ਹੈ ਤੇ ਦੂਜੇ ਦੇਸ਼ਾਂ ਦੇ ਵਿੱਚ ਲੀਗਲ ਹੋ ਜਾਂਦਾ ਹੈ ਉੱਥੇ ਤੇ ਇਲੀਗਲੀ ਹੈ ਉਹ ਬੰਦੇ ਜਿਨ੍ਹਾਂ ਦੇ ਅੰਦਰ ਇੰਨੀ ਸਮਝ ਹੀ ਨਹੀਂ ਪੈਦਾ ਹੋਈ ਵੀ ਆਪਾਂ ਨੂੰ ਜੀਵਨ ਕਿਸ ਪਾਸੇ ਦੇ ਉੱਤੇ ਮਿਲਿਆ ਤੇ ਆਪਾਂ ਜੀਵਨ ਖਾ ਲਿਆ ਆਪਣਾ ਪਾਤਸ਼ਾਹ ਕਹਿੰਦੇ ਰੱਬ ਦੇ ਵੱਲੋਂ ਮਾਰੇ ਹੋਏ ਬੰਦੇ ਨੇ ਤੇ ਮੈਂ ਇੱਕ ਬਚਨ ਹੋਰ ਆਪ ਜੀ ਦੇ ਅੱਗੇ ਰੱਖਦੇ ਵਾਂ ਕਿਉਂਕਿ ਜਿਸ ਲੈਵਲ ਦੇ ਉੱਤੇ ਅਸੀਂ ਬੈਠੇ ਹੋਏ ਹਾਂ ਨਾ ਸਾਡੇ ਅੰਦਰ ਸਾਡਾ ਇੱਕ ਅਹੰਗ ਦਾ ਬੜਾ ਸੂਖਮ ਜਿਹਾ ਹਿੱਸਾ ਹੁੰਦਾ ਹੈ ਤੇ ਬਖਸ਼ ਲਵੇ ਪਾਤਸ਼ਾਹ ਕਿਰਪਾ ਕਰੇ ਸਾਡੇਆਂ ਘਰਾਂ ਦੇ ਵਿੱਚ ਇੰਨੀ ਇਮਾਨਦਾਰੀ ਲੈ ਕੇ ਆਵੇ ਸਮੇਤ ਬੱਚਿਆਂ ਦੇ ਤੇ ਅਜੇ ਤੇ ਸਾਡੇ ਘਰ ਇਦਾਂ ਦੇ ਹੈ ਨਹੀਂ ਤੇ ਗਾਂ ਰਹਿਣੇ ਵੀ ਚਾਹੀਦੇ ਨੇ ਮੈਂ ਇੱਕ ਵਾਰ ਬੇਨਤੀ ਕਰ ਦੇਵਾਂ ਤੇ ਵਾਰ-ਵਾਰ ਆਪ ਜੀ ਨੂੰ ਕਿਤੇ ਦਿਨਾਂ ਦੇ ਵਿੱਚ ਇਹ ਵੀ ਕਵਾਂਗਾ ਤੇ ਮੈਂ ਤੇ ਸਿੱਖਿਆ ਇਹ ਹੈ ਮੈਂ ਇਸ ਕਰਕੇ ਕਹਿਣਾ ਹੁੰਨਾ ਸਾਡੇ ਬੱਚਿਆਂ ਦੇ ਅੰਦਰ ਇੰਨੀ ਇਮਾਨਦਾਰੀ ਹੋਣੀ ਚਾਹੀਦੀ ਹੈ ਘਰ ਦੀ ਕੀਮਤੀ ਤੋਂ ਕੀਮਤੀ ਚੀਜ਼ ਸਾਹਮਣੇ ਪਈ ਹੋਵੇ ਤੇ ਭਾਵੇਂ ਬੱਚਾ ਉਸ ਉਮਰ ਦਾ ਹੋਵੇ ਜਿੱਚ ਉਹਨੂੰ ਕਦਰ ਹੋਵੇ ਚੀਜ਼ ਦੀ ਵੀ ਚੀਜ਼ ਹੈ ਕੀ ਹੈ ਸਾਹਮਣੇ ਮਹਿੰਗੀ ਤੋਂ ਮਹਿੰਗੀ ਚੀਜ਼ ਵੀ ਪਈ ਹੋਵੇ ਉਹ ਬੱਚੇ ਨੂੰ ਇੰਨੀ ਸੈਂਸ ਹੋਣੀ ਚਾਹੀਦੀ ਹੈ ਇੰਨੀ ਸਮਝ ਹੋਣੀ ਚਾਹੀਦੀ ਹੈ ਕਿ ਇਹ ਸਾਹਮਣੇ ਪਈ ਚੀਜ਼ ਕਿੰਨੀ ਕੀਮਤੀ ਹੈ ਤੇ ਮੈਂ ਆਪਣੀ ਮਾਪਿਓ ਦੀ ਮਰਜ਼ੀ ਤੋਂ ਬਿਨਾਂ ਇਸ ਚੀਜ਼ ਨੂੰ ਇੱਧਰ ਉੱਧਰ ਨਹੀਂ ਕਰਨਾ ਹੈ। ਔਰ ਜੇ ਇਹ ਮਾਹੌਲ ਘਰਾਂ ਦੇ ਵਿੱਚ ਹੈ ਤੇ ਰੱਬ ਦਾ ਸ਼ੁਕਰ ਕਰੋ ਤੁਹਾਨੂੰ ਯਕੀਨ ਹੋਣਾ ਚਾਹੀਦਾ ਹੈ ਤੇ ਤੁਹਾਡੇ ਬੱਚਿਆਂ ਨੂੰ ਤੁਹਾਡੇ ਤੇ ਯਕੀਨ ਹੈ ਤੇ ਬੱਚਿਆਂ ਨੂੰ ਤੁਹਾਡੇ ਤੇ ਯਕੀਨ ਹੈ। ਨਹੀਂ ਤੇ ਹਾਲਾਤ ਬਹੁਤ ਬੁਰੇ ਹੋਏ ਪਏ ਨੇ। ਅਸੀਂ ਇਹ ਸੋਚਦੇ ਸੀ ਕਿ ਇਸ ਮਾਪੇ ਉਹ ਸਾਹਮਣੇ ਚੀਜ਼ ਨਹੀਂ ਰੱਖਦੇ ਕਿਉਂ ਨਹੀਂ ਰੱਖਦੇ ਪਏ ਸਿਰਫ ਇਸੇ ਕਰਕੇ ਉਹਨਾਂ ਨੂੰ ਪਤਾ ਵੀ ਇਹਨਾਂ ਦੇ ਸਾਹਮਣੇ ਰੱਖਤੀ ਜਿੰਨਾ ਲੋਕਾਂ ਤੋਂ ਬਚਾਉਂਦੇ ਆ ਉਹ ਇਹਨਾਂ ਨੇ ਖਾ ਜਾਣੀ ਹੈ ਇਹ ਵੀ ਤਾਂ ਘਰਾਂ ਦੇ ਮਾਹੌਲ ਹੀ ਨੇ ਚਲੋ ਜੇ ਇਸ ਲੈਵਲ ਤੋਂ ਅੱਗੇ ਆ ਗਏ ਹਾਂ ਤੇ ਗੁਰੂ ਸਾਹਿਬ ਨੇ ਚੋਰ ਸਿਰਫ ਉਹਨੂੰ ਨਹੀਂ ਆਖਿਆ ਜਿਹੜਾ ਬਾਹਰ ਦੀਆਂ ਚੀਜ਼ਾਂ ਚੋਰੀ ਕਰਦਾ ਫਿਰਦਾ ਹੈ ਇਹ ਤਾਂ ਬੜੇ ਨੀਵੇਂ ਲੈਵਲ ਦਾ ਕੰਮ ਉਹਨੂੰ ਤੇ ਪਤਾ ਹੀ ਨਹੀਂ ਲੱਗਾ ਵੀ ਜ਼ਿੰਦਗੀ 'ਚ ਕੀ ਕਰਨਾ ਹੈ ਉਹ ਤੇ ਸਮਝ ਲਓ ਵੀ ਨੀਵਿਆਂ ਦੇ ਵਿੱਚੋਂ ਵੀ ਨੀਵਾ ਕੰਮ ਹੈ ਇੱਕ ਹੋਰ ਚੋਰੀ ਹੁੰਦੀ ਹੈ ਭਾਈ ਉਹ ਚੋਰੀ ਹੁੰਦੀ ਹੈ ਆਪਣੇ ਸਮੇਂ ਨੂੰ ਖਾਣ ਦੀ ਚੋਰੀ ਅ ਜਿੰਨਾ ਅਸੀਂ ਜੀਵਨ ਜੀਂਦੇ ਹਨ ਇਹਦੇ ਵਿੱਚੋਂ ਵੇਖਿਓ ਕਿੰਨਾ ਜੀਵਨ ਅਸੀਂ ਕਿੰਨਾ ਸਮਾਂ ਅਸੀਂ ਚੋਰੀ ਕਰ ਲੈਨੇ ਔਰ ਕੋਈ ਦੂਜਾ ਨਹੀਂ ਕਰਦਾ ਹੁੰਦਾ ਜਦੋਂ ਅਸੀਂ ਸਮਾਂ ਵੇਸਟ ਕਰ ਰਹੇ ਹੁੰਨੇ ਆ ਨਾ ਉਦੋਂ ਸਮਾਂ ਚੋਰੀ ਹੀ ਕਰ ਰਹੇ ਹੁੰਨੇ ਆ ਔਰ ਮੈਂ ਦੋ ਬਚਨ ਆਪ ਜੀ ਦੀ ਅੱਗੇ ਰੱਖ ਕੇ ਫਿਰ ਆਪਾਂ ਸਮਾਪਤੀ ਕਰ ਦੇਵਾਂਗੇ ਜੀ ਵਾਕਿਆਈ ਬਾਬਾ ਕਬੀਰ ਦੀ ਦ੍ਰਿਸ਼ਟੀ ਤੋਂ ਵੇਖਣਾ ਚਾਹੁੰਦੇ ਆਂ ਕਿ ਬਾਬਾ ਕਬੀਰ ਨੂੰ ਇਸ ਹਿਸਾਬ ਦੇ ਨਾਲ ਤੁਸੀਂ ਦੁਨੀਆ ਵੇਖੋਗੇ ਕਿ ਬਾਬਾ ਕਬੀਰ ਸਾਹਿਬ ਕਹਿਣਗੇ ਕਿ ਆਹ ਤੇ ਬੰਦੇ ਰੱਬ ਲਵਲੋਂ ਮਾਰੇ ਹੋਏ ਨੇ ਤੇ ਤੁਹਾਨੂੰ ਲੱਗਦਾ ਵੀ ਕਿੰਨੇ ਕੁ ਜਾਗਦੇ ਬੰਦੇ ਕਿਤੇ ਜਾਗ ਚੇਤੇ ਆਉਣਗੇ ਬਾਬਾ ਕਬੀਰ ਸਾਹਿਬ ਜੀ ਦੇ ਬਾਬਾ ਕਬੀਰ ਸਾਹਿਬ ਨੇ ਇੱਕ ਸ਼ਬਦ ਦੇ ਵਿੱਚ ਗਿਣਤੀ ਵੀ ਕੀਤੀ ਹੈ ਮਰਦ ਕਹਿੰਦੇ ਵਿਰਲੇ ਹੀ ਜਾਗਦੇ ਹੁੰਦੇ ਨੇ ਨਹੀਂ ਤੇ ਤੁਸੀਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਬਚਨ ਵੀ ਪੜ੍ਹਦੇ ਆਂ ਆਪਾਂ ਤੁਹੀ ਗੁਣੀ ਸੰਸਾਰ ਭ੍ਰੰਮ ਸੁੱਤਾ ਸੁੱਤਿਆਂ ਰਹਿਣ ਵੇਹਾਣੀ ਕਿੰਨੇ ਕ ਜਾਣੇ ਇਸ ਸੰਸਾਰ ਦੇ ਵਿੱਚ ਤੁਸੀਂ ਜਿਉਂਦਿਆਂ ਨੂੰ ਵੇਖੋਗੇ ਜੇ ਬਾਬਾ ਕਬੀਰ ਸਾਹਿਬ ਦੀ ਦ੍ਰਿਸ਼ਟੀ ਤੋਂ ਵੇਖਾਂਗੇ ਅਸੀਂ ਤੇ ਆਪਣੇ ਪੈਰਾਮੀਟਰ ਹੀ ਬੜੇ ਛੋਟੇ ਕਰ ਲਏ ਨੇ ਸਾਨੂੰ ਪਤਾ ਵੀ ਇਹ ਵੀ ਨਹੀਂ ਫੇਲ ਹੋਣਾ ਉਹ ਜਿੱਦਾਂ ਪਹਿਲਾਂ ਪਹਿਲਾਂ ਇਹ ਦੱਸਿਆ ਜਾਂਦਾ ਹੁੰਦਾ ਸੀ ਕਿ ਭਾਈ ਵੀ 100 ਦੇ ਵਿੱਚੋਂ 33 ਨੰਬਰ ਕਿਉਂ ਰੱਖੇ ਪਾਸ ਹੋਣ ਲਈ ਕਹਿੰਦੇ ਵੀ 33 ਤੇ ਆਲੰਦੋਂ ਸਾਰਿਆਂ ਦੇ ਬਾਅਦ ਗਾਂ ਵੀ ਸੋਚ ਲਵਾਂਗੇ ਉਹ ਯੂਨੀਵਰਸਿਟੀ ਵਾਲਿਆਂ ਐਸੇ ਕਰਕੇ ਦੋ ਵਧਾ ਲਏ ਸੀ ਕਿ ਪਹਿਲੇ 33 ਤੱਕ ਤੇ ਪਹੁੰਚਣ 33 ਵੀ ਨਹੀਂ ਆਉਣ ਦੀ ਉਮੀਦ ਆਪਣੇ ਪੈਰਾਮੀਟਰ ਇਸ ਕਰਕੇ ਛੋਟੇ ਕਰ ਲਏ ਮਤਲਬ ਬਾਬਾ ਕਬੀਰ ਸਾਹਿਬ ਹੋਣਾਂ ਦੀ ਦ੍ਰਿਸ਼ਟੀ ਤੇ ਰੱਖ ਕੇ ਵੇਖਾਂਗੇ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਤੇ ਰੱਖ ਕੇ ਵੇਖਾਂਗੇ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਪਹਿਲਾਂ ਹੀ ਉਪਦੇਸ਼ ਕਰਨਗੇ ਮਰਦ ਕਹਿੰਦੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣ ਜਿਨ੍ਹਾਂ ਨੇ ਮਾਲਕ ਪਾਲਿਆ ਮੈਂ ਤੇ ਗਿਣਤੀ ਉਹਨਾਂ ਦੀ ਕਰਦਾ ਹਾਂ ਬਾਕੀ ਤੇ ਗਿਣਤੀ ਦੇ ਵਿੱਚ ਵੀ ਨਹੀਂ ਆਏ ਤੇ ਜਿਹੜੇ ਗਿਣਤੀ 'ਚ ਹੀ ਨਹੀਂ ਆਏ ਉਹਨਾਂ ਦਾ ਆਉਣਾ ਕਾਦਾ ਹੈ ਭਾਵੇਂ ਬੱਦ ਸਰਟੀਫਿਕੇਟ ਦੇ ਉੱਤੇ ਇੱਕ ਨੰਬਰ ਪਿਆ ਗਿਆ ਵੀ ਭਾਈ ਆਹ ਸੀਰੀਅਲ ਨੰਬਰ ਇਹਨੂੰ ਮਿਲ ਗਿਆ ਜੇ ਪੱਕਾ ਮੈਨੂੰ ਵੀ ਮਿਲਿਆ ਸਾਰਿਆਂ ਨੂੰ ਮਿਲਿਆ ਕੀ ਹੈ ਇਹ ਬਿਕਰ ਦੀ ਚੀਜ਼ ਹੈ ਇਹਦੇ ਤੋਂ ਵੱਧ ਕੁਝ ਵੀ ਨਹੀਂ ਤੇ ਸਰਕਾਰ ਨੇ ਡਾਟਾ ਇਕੱਠਾ ਕਰਨ ਦੇ ਲਈ ਕੁਝ ਰੱਖਿਆ ਹੈ ਹੋਰ ਕੀ ਹੈ ਇਹ ਚੀਜ਼ਾਂ ਸੱਚੇ ਪਾਤਸ਼ਾਹ ਬਾਬਾ ਕਬੀਰ ਸਾਹਿਬ ਦਾ ਹੀ ਬਚਨ ਆਪਾਂ ਕਰ ਲਈਏ ਆਪਾਂ ਵਿਚਾਰਦੇ ਵੀ ਹੁੰਨੇ ਆ ਉਹ ਕਹਿੰਦੇ ਨੇ ਹਾਥ ਤਾਂ ਡੋਰ ਮੁਖ ਖਾਇਓ ਤੰਬੂਰ ਮਰਤੀ ਬਾਰ ਕਸ ਬਧਿਓ ਚੋਰ ਲੋਕਾਂ ਦੀਆਂ ਸਮੇ ਸਮੇ ਦੇ ਨਾਲ ਖੇਡਾਂ ਸਮੇ ਸਮੇ ਦੇ ਨਾਲ ਸ਼ੌਂਕ ਹਾਲਾਤ ਵੇਖ ਕੇ ਬਦਲ ਜਾਂਦੇ ਨੇ ਜੋ ਅੱਜ ਤੋਂ 15 ਸਾਲ ਪਹਿਲਾਂ ਵਾਲਿਆਂ ਦੇ ਸੀ ਹੁਣ ਵਾਲੀ ਜਨਰੇਸ਼ਨ ਦੇ ਨਹੀਂ ਨੇ ਗਾਂ ਜਿਹੜੀ ਆਉਣੀ ਹੈ ਉਹਦੇ ਵੀ ਲਗਭਗ ਨਹੀਂ ਹੋਣਗੇ ਇਹਨੇ ਬਦਲਾ ਕਹਿੰਦੇ ਨੇ ਔਰ ਇਦਾਂ ਦਾ ਹੋ ਵੀ ਨਹੀਂ ਸਕਦਾ ਕਿ ਅਸੀਂ ਕਹੀਏ ਵੀ ਹੁਣ ਵਾਲੇ ਬੱਚੇ 20 ਸਾਲ ਵਾਲੀਆਂ ਪਹਿਲਾਂ ਖੇਡਾਂ ਖੇਡਣ ਵਾਪਸ ਨਹੀਂ ਜਾਇਆ ਜਾਂਦਾ ਹੁੰਦਾ ਗਾਂ ਤੁਰਿਆ ਜਾਂਦਾ ਹੁੰਦਾ ਉਹ ਹੋ ਨਹੀਂ ਸਕਦਾ ਤੇ ਉਹਦੇ ਵਿੱਚ ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਆਪਣੀ ਉਮਰ ਦੇ ਵਿੱਚ ਵੀ ਬਹੁਤਿਆਂ ਬੰਦਿਆਂ ਨੂੰ ਵੇਖਦਾ ਹੁੰਨਾ ਕਿ ਉਹਨਾਂ ਦਾ ਹਾਲ ਕੀ ਹੈ ਹੱਥ ਤਾਂ ਡੋਰ ਵੀ ਹੱਥ ਦੇ ਵਿੱਚ ਬਾਜ਼ਾਂ ਦੀਆਂ ਡੋਰਾਆਂ ਫੜੀਆਂ ਹੋਈਆਂ ਨੇ ਮਤਲਬ ਸ਼ਿਕਾਰ ਕਰਨ ਦਾ ਸ਼ੌਂਕ ਸ਼ਿਕਾਰ ਕਰਨਾ ਉਸ ਵੇਲੇ ਸਮਝ ਲਓ ਕਿ ਬੰਦੇ ਨੂੰ ਸਿਆਣਾ ਮੰਨਿਆ ਜਾਂਦਾ ਸੀ ਜਿਹਨੂੰ ਸ਼ਿਕਾਰ ਕਰਨਾ ਆਉਂਦਾ ਹੋਵੇ ਪਰ ਹੁਣ ਜਿਹੜਾ ਬੰਦਾ 8-10 ਘੰਟੇ ਇਸੇ ਕੰਮ ਦੇ ਉੱਤੇ ਲਾ ਦੇਵੇ ਉਸ ਬੰਦੇ ਨੂੰ ਪੁੱਛੇ ਵੀ ਤੂੰ ਕੀ ਕਰਦਾ ਉਹ ਦੱਸੇ ਵੀ ਮੈਂ ਸ਼ਿਕਾਰ ਕਰਦਾ ਵੀ ਵੇਖੋ ਕਿਆ ਕਮਾਲ ਦੀ ਜ਼ਿੰਦਗੀ ਜੀਣਾ ਆ ਨਾ ਬੰਦੇ ਦਾ ਸ਼ਿਕਾਰ ਕਰਨ ਦਾ ਸ਼ੌਂਕ ਹੈ ਇਹ ਕੀ ਹੈ ਜੀਵਨ ਔਰ ਸਾਨੂੰ ਉਹ ਬੰਦੇ ਬੁਰੇ ਲੱਗਣਗੇ ਜਿਨ੍ਹਾਂ ਨੇ ਸਮੇਤ ਮੇਰੇ ਗੁਰੂ ਬਖਸ਼ ਲਵੇ ਮੈਂ ਆਪਣੀ ਗੱਲ ਪਹਿਲਾਂ ਰੱਖ ਕੇ ਕਰਦਾ ਪਿਆ ਪੀ ਫੋਨ ਦੇ ਉੱਤੇ ਮੈਰਾਥਨ ਲਾਈ ਹੋਈ ਹੈ ਚੀਜ਼ਾਂ ਦੀ ਵੀ ਕੋਈ ਸੀਰੀਜ਼ ਸ਼ੁਰੂ ਕਰ ਲਈ ਤੇ ਖਤਮ ਉਦੋਂ ਕਰਨੀਆਂ ਜਦੋਂ ਸੀਰੀਜ਼ ਹੀ ਮੁੱਕ ਗਈ ਫੇਰ ਹੀ ਆਪਾਂ ਰੱਖਣਾ ਹੈ ਉਹ ਕੀ ਹੈ ਸ਼ਿਕਾਰ ਨਹੀਂ ਕਰਦੇ ਪਏ ਸਮਾਂ ਤੇ ਬਰਬਾਦ ਹੋ ਹੀ ਰਿਹਾ ਹੈ ਨਾ ਅਸੀਂ ਬੈੱਡ ਦੇ ਉੱਤੇ ਬੈਠਿਆ ਬਰਬਾਦ ਕਰ ਲਿਆ ਉਹਨਾਂ ਨੇ ਸ਼ਿਕਾਰ ਕਰਦਿਆਂ ਬਰਬਾਦ ਕਰ ਲਿਆ ਜਿਹੜਾ ਬੰਦਾ ਆਪਣੀ ਜ਼ਿੰਦਗੀ ਦਾ ਚੋਰ ਹੋ ਗਿਆ ਹੈ ਉਹ ਰੱਬ ਦੇ ਵੱਲੋਂ ਨਹੀਂ ਮਾਰਿਆ ਤੇ ਹੋਰ ਕੀਦੇ ਵੱਲੋਂ ਮਾਰਿਆ ਹੈ ਰੱਬ ਦੇ ਵੱਲੋਂ ਮਾਰੇ ਹੋਏ ਬੰਦੇ ਔਰ ਇਸ ਚੀਜ਼ ਨੂੰ ਬੜੇ ਧਿਆਨ ਦੇ ਨਾਲ ਸਮਝਣਾ ਹੈ ਤੁਸੀਂ ਬਿਜ਼ਨਸ ਸਟੱਡੀ ਕਰ ਲਓ ਤੁਸੀਂ ਦੂਜੀ ਸਟੱਡੀ ਕਰ ਲਓ ਸਾਰੇ ਇਸੇ ਗੱਲ ਤੋਂ ਤਰਲੇ ਮਾਰਦੇ ਪਏ ਜੋ ਆਪਣੀ ਜ਼ਿੰਦਗੀ ਨੂੰ ਸਮਝ ਲਓ ਕਿੰਨਾ ਸਮਾਂ ਸਾਡਾ ਇਸੇ ਚੀਜ਼ ਦੇ ਵਿੱਚ ਬਰਬਾਦ ਹੋਈ ਜਾ ਰਿਹਾ ਸਾਨੂੰ ਪਤਾ ਹੀ ਨਹੀਂ ਲੱਗਦਾ ਪਿਆ ਆਪਣੇ ਸਮੇਂ ਨੂੰ ਖਤਮ ਕੀਤਾ ਆਪਣੇ ਸਮੇਂ ਨੂੰ ਮਾਰਿਆ ਆਪਣੇ ਸਮੇਂ ਨੂੰ ਚੋਰੀ ਕੀਤਾ ਤੇ ਮੈਨੂੰ ਲੱਗਾ ਮੈਂ ਜ਼ਿੰਦਗੀ ਜੀ ਕੇ ਗਿਆ ਹਾਂ ਬਾਬਾ ਕਬੀਰ ਸਾਹਿਬ ਨੇ ਕਿਹਾ ਰੱਬ ਦੇ ਵੱਲੋਂ ਪਹਿਲਾਂ ਹੀ ਮਰਿਆ ਸੀ ਇਹਦਾ ਹੁਣ ਕੀ ਮਾਰਨਾ ਹੋਇਆ ਮੁੰਢੋ ਭੁੱਲਨ ਮੁੰਢ ਤੈ ਕਿੱਥੇ ਪਾਇਨ ਹੱਥ ਤਿੰਨੇ ਮਾਰੇ ਨਾਨਕਾ ਜੇ ਕਰਨ ਕਰਣ ਸਮਰਥ ਡਿੱਗਦਾ ਬੰਦਾ ਦਰਖਤ ਨੂੰ ਹੱਥ ਪਾ ਲਵੇ ਡਰ ਦਰਖਤ ਹੀ ਡਿੱਗ ਪਿਆ ਤਾਂ ਕਿੱਥੇ ਹੱਥ ਪਾਵੇਗਾ ਰੱਬ ਦਾ ਆਸਰਾ ਲੈ ਲਵੇਗਾ ਡੁੱਬਦਾ ਹੋਇਆ ਜੇ ਡੋਬਿਆ ਹੀ ਰੱਬ ਨੇ ਹੈ ਤੇ ਕਾਹਦਾ ਆਸਰਾ ਲੈ ਲਵੇਗਾ ਹਜ਼ੂਰ ਕਹਿੰਦੇ ਤਿੰਨੇ ਮਾਰੇ ਨਾਨਕਾ ਜੇ ਕਰਨ ਕਰਣ ਸਮਰਥ ਔਰ ਇੱਕ ਬਚਨ ਕਹਿ ਕੇ ਆਪਾਂ ਸਮਾਪਤੀ ਕਰ ਦਈਏ ਹਜ਼ੂਰ ਕਹਿੰਦੇ ਹੁੰਦੇ ਨੇ ਇਸ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਕਸਾਈ ਬੰਦਾ ਉਹ ਹੈ ਮੈਂ ਮਾਫੀ ਮੰਗ ਕੇ ਤੁਹਾਡੇ ਕੋਲੋਂ ਲਫ਼ਜ਼ ਕਹਿ ਰਿਹਾ ਹਾਂ ਤੁਸੀਂ ਸਹਿਜ ਪਾਠ ਕਰ ਦਿਜੀਏ ਪਰ ਬਹੁਤੀ ਵਾਰ ਅਸੀਂ ਸਹਿਜ ਪਾਠ ਕਰਦੇ ਆਂ ਲੰਘ ਜਾਂਦੇ ਹੁਨੇਹਾ ਅਸੀਂ ਸ਼ਬਦਾਂ ਦੀ ਗਹਿਰਾਈ ਤੇ ਅਹਿਮੀਅਤ ਨਹੀਂ ਵੇਖਦੇ ਹੁੰਦੇ ਕਿ ਇਸ ਸ਼ਬਦ ਦੀ ਗਹਿਰਾਈ ਕੀ ਹੈ ਔਰ ਹੋ ਸਕਦਾ ਹੈ ਅਸੀਂ ਵੀ ਕਈ ਵਾਰ ਪਾਠ ਕਰਦੇ ਲੰਘ ਜਾਈਏ ਤੇ ਵੇਖੀ ਨਾ ਕਿ ਸ਼ਬਦ ਕਹਿ ਕੀ ਰਿਹਾ ਹੈ ਗੁਰਬਾਣੀ ਨੇ ਆਤਮਕਾਤੀ ਬੰਦੇ ਨੂੰ ਸਭ ਤੋਂ ਵੱਡਾ ਕਸਾਈ ਮੰਨਿਆ ਹੈ ਬਾਹਰ ਦੇ ਕਸਾਈ ਵੇਖਾਂਗੇ ਨਾ ਆਪਾਂ ਤੇ ਮਨ ਦੇ ਵਿੱਚ ਇੱਕ ਦੁੱਖ ਜਾਵੇਗਾ ਕਿ ਇਹ ਕਿਹੜਾ ਕੰਮ ਕਰਦੇ ਪਏ ਨੇ ਕਿ ਜਾਨਵਰਾਂ ਨੂੰ ਮਾਰਨ ਦੇ ਉੱਤੇ ਲੱਗੇ ਹੋਏ ਨੇ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਹਜ਼ੂਰ ਕਹਿੰਦੇ ਨੇ ਆਤਮ ਕਾਤੀ ਹੈ ਜਗਤ ਕਸਾਈ ਜਿਹੜਾ ਆਪਣੇ ਆਤਮੇ ਨੂੰ ਘਾਤ ਕਰ ਲੈਂਦਾ ਹੈ ਨਾ ਇਤ ਤੋਂ ਵੱਡਾ ਕਸਾਈ ਬੰਦਾ ਹੋਰ ਦੁਨੀਆ ਦੇ ਵਿੱਚ ਹੈ ਹੀ ਕੋਈ ਨਹੀਂ ਹੁਣ ਜੇ ਆਪਾਂ ਫੇਰ ਉਹੀ ਗੱਲ ਵੀ ਆਪਣੇ ਆਪ ਦੇ ਵਿੱਚ ਸੋਚ ਕੇ ਵੇਖੀਏ ਤੇ ਕਿੰਨਿਆਂ ਕਦਾ ਆਤਮਾ ਕਿਤੇ ਜਿੰਦਾ ਇੱਥੇ ਨਜ਼ਰ ਆ ਰਿਹਾ ਉਮਰ ਤੇ ਸਾਰੇ ਕੱਟੀ ਜਾਂਦੇ ਆ ਆਤਮਾ ਤੇ ਜਾਗਦਾ ਹੀ ਨਹੀਂ ਪਿਆ ਆਤਮਾ ਤੇ ਉਸ ਹਾਲਤ ਦੇ ਵਿੱਚ ਮਰਿਆ ਪਿਆ ਹੈ ਕਿ ਸ਼ਾਇਦ ਕਿਤੇ ਗੁਰੂ ਦਾ ਉਪਦੇਸ਼ ਕਿਤੇ ਇੱਕ ਦਮ ਕੰਮ ਕਰ ਜਾਵੇ ਤੇ ਇਹ ਕਿਤੇ ਜੀ ਉੱਠ ਪਵੇ ਨਹੀਂ ਤੇ ਹਾਲਾਤ ਬਹੁਤ ਬੁਰੇ ਨੇ ਇਸ ਸੰਸਾਰ ਦੇ ਵਿੱਚ ਸਮਝ ਲਓ ਕਿ ਅਸੀਂ ਤੁਰੇ ਜਾਂਦੇ ਹਾਂ ਤੁਰੇ ਜਾਂਦੇ ਹਾਂ ਨਾ ਕਦੀ ਆਤਮੇ ਨੂੰ ਜਿਵਾਉਣ ਦਾ ਨਾ ਕਦੀ ਆਤਮਕ ਜੀਵਨ ਦੀ ਸਮਝ ਆਉਣ ਦੀ ਕਿਤੇ ਗੱਲ ਸਾਡੇ ਅੰਦਰ ਹੈ ਅਸੀਂ ਇਦਾਂ ਦੇ ਹਾਂ ਕਿ ਸਾਡੇ ਦੀਵੇ ਅੰਦਰ ਵਾਲੇ ਬਿਲਕੁਲ ਬੁਝੇ ਹੋਏ ਨੇ ਕਿਤੇ 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 ਗੁਰੂ ਦਾ ਉਪਦੇਸ਼ ਆ ਕੇ ਅੱਗ ਲਾ ਦੇਵੇ ਤੇ ਇਹ ਦੀਵਾ ਜਗ ਪਵੇ ਨਹੀਂ ਤੇ ਬੁਝੇ ਦੀਵਿਆਂ ਦੇ ਨਾਲ ਹੀ ਸੇਂਹਾਂ ਤੁਰ ਪੈਨੇ ਹਾਂ ਤੇ ਸਾਨੂੰ ਲੱਗਦਾ ਅਸੀਂ ਜ਼ਿੰਦਗੀ ਜੀ ਕੇ ਚਲੇ ਗਏ ਆ ਬਚਨ ਬਹੁਤ ਇੰਪੋਰਟੈਂਟ ਹੈ ਮਹਾਰਾਜ ਦਾ ਹਜ਼ੂਰ ਕਹਿੰਦੇ ਹੁੰਦੇ ਨੇ ਜੀ ਦਾਨ ਦੇ ਭਗਤੀ ਲਾਇਨ ਹਰਿ ਸਿਉ ਲਾਇਨ ਮਿਲਾਏ ਜਦੋਂ ਤੱਕ ਉਹ ਜੀਵਨ ਮਿਲਦਾ ਹੀ ਨਹੀਂ ਉਹ ਦਾਨ ਮਿਲਦਾ ਹੀ ਨਹੀਂ ਮੇਰੇ ਵਰਗਾ ਉਮਰਾਂ ਸ ਕੱਟ ਜਾਵੇ ਤੇ ਬਾਬਾ ਕਬੀਰ ਕਹਿੰਦੇ ਤਾਂ ਰੱਬ ਦੇ ਵੱਲੋਂ ਮਾਰੇ ਬੰਦੇ ਸੀ ਇਹ ਕਾਦੀ ਉਮਰਾਂ ਕੱਟ ਕੇ ਗਏ ਬਖਸ਼ ਲਵੇ ਪਾਤਸ਼ਾ ਕਬੀਰ ਸਾਹਿਬ ਕਹਿੰਦੇ ਨੇ ਮਾੜੀ ਮਤ ਵਾਲੇ ਬੰਦੇ ਮਾੜਾ ਸਮਾਂ ਵੇਖ ਕੇ ਤੇ ਤਿਆਰ ਹੋ ਜਾਂਦੇ ਨੇ ਲੋਕਾਂ ਨੂੰ ਮਾਰੀਏ ਲੋਕਾਂ ਨੂੰ ਖਤਮ ਕਰੀਏ ਔਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਸੀਂ ਰੱਬ ਦੇ ਵੱਲੋਂ ਕਿੰਨੇ ਮਾਰੇ ਗਏ ਹਾਂ ਅਸੀਂ ਆਪ ਆਪਣੇ ਜੀਵਨ ਨੂੰ ਕਿੰਨਾ ਖੁਦ ਤਬਾਹ ਕਰ ਲਿਆ ਹੈ ਬਾਬਾ ਕਬੀਰ ਸਾਹਿਬ ਨੇ ਤੇ ਗੱਲ ਕੀਤੀ ਚੋਰਾਂ ਦੀ ਗੱਲ ਕੀਤੀ ਠੱਗਾਂ ਦੀ ਗੱਲ ਕੀਤੀ ਧੋਖੇਬਾਜ਼ਾਂ ਦੀ ਅਸੀਂ ਉਹਨੂੰ ਥੋੜਾ ਜਿਹਾ ਇਸ ਪਾਸੇ ਤੋਂ ਵੀ ਨਾਲ ਸਮਝ ਲਿਆ ਵੀ ਮਹਾਰਾਜ ਕਹਿੰਦੇ ਹੁੰਦੇ ਨੇ ਵੀ ਮੈਂ ਕਦੀ ਜੀਵਨ ਦੇ ਵਿੱਚ ਇੱਥੇ ਚੋਰੀ ਨਾ ਕੀਤੀ ਹੋਵੇ ਤੇ ਮੈਂ ਤੇ ਫਟਾਫਟ ਕਹਿ ਦੇਣਾ ਵੀ ਮੇਰੇ ਲਈ ਥੋੜਾ ਸਲੋਕ ਹੈ ਇਹ ਤੇ ਚੋਰਾਂ ਦੇ ਲਈ ਸਲੋਕ ਹੈ ਤੇ ਮੇਰੇ ਲਈ ਥੋੜਾ ਗੱਲ ਹੈ ਤੇ ਗੁਰੂ ਸਾਹਿਬ ਨੇ ਤੇ ਭਾਈ ਉਹਨੂੰ ਵੀ ਤਸਕਰ ਆਖਿਆ ਹੈ ਜਿਹੜਾ ਨਾਮ ਨਹੀਂ ਜਪਦਾ ਤੇ ਤਸਕਰ ਜੋ ਨਾਮ ਨਾ ਲੇਵੇ ਵਾਸਾ ਕੋਟ ਪੰਜਾਹ ਮਹਾਰਾਜ ਕਹਿੰਦੇ ਉਹ ਵੀ ਚੋਰ ਹੈ ਜਿਹੜਾ ਆਪਣਾ ਸਮਾਂ ਖਾਈ ਜਾਂਦਾ ਉਹ ਵੀ ਚੋਰ ਹੈ ਜਿਹੜਾ ਆਪਣੇ ਆਤਮੇ ਦਾ ਘਾਤ ਕਰੀ ਜਾਂਦਾ ਜਿਹੜੇ ਬੰਤੇ ਨੇ ਸਰੀਰ ਤੋਂ ਉੱਤੇ ਕੁਝ ਇਸ ਜੀਵਨ ਨੂੰ ਸੋਚਿਆ ਹੀ ਨਹੀਂ ਹਰ ਤਰੀਕੇ ਦੀ ਬੁਰੀ ਆਦਤ ਤੋਂ ਆਪਣੇ ਆਤਮੇ ਨੂੰ ਬਚਾ ਕੇ ਮਹਾਰਾਜ ਨੇ ਇਹਨੂੰ ਕੁਵਾਰੀ ਕਾਇਆ ਆਖਿਆ ਕੁਵਾਰੀ ਕਾਇਆ ਦਾ ਮਤਲਬ ਹੀ ਹੁੰਦਾ ਜਿਹਦੇ ਵਿੱਚ ਇੰਨੀ ਪਿਓਰਿਟੀ ਹੈ ਜੀਵਨ ਦੇ ਕਿਸੇ ਵੀ ਮੋੜ ਦੇ ਉੱਤੇ ਜਾ ਕੇ ਤੇ ਜੀਵਨ ਚੜ੍ਹਦੀ ਕਲਾ ਵਾਲਾ ਹੈ ਉਹਨੂੰ ਮਾਰਦ ਕਹਿੰਦੇ ਨੇ ਜਿਨ੍ਹਾਂ ਦੇ ਪੱਲੇ ਇਹ ਗੱਲ ਨਹੀਂ ਹੈ ਸਮਝ ਲਓ ਰੱਬ ਦੇ ਵੱਲੋਂ ਮਾਰੇ ਹੋਏ ਬੰਦੇ ਨੇ ਰੱਬ ਦੇ ਵੱਲੋਂ ਤੱਕੇ ਹੋਏ ਬੰਦੇ ਨੇ ਤੇ ਗੁਰੂ ਬਖਸ਼ ਲਵੇ ਫਿਰ ਇਹੀ ਗੱਲ ਹੈ ਬਾਹਰ ਦਾ ਬਖਸ਼ਿਆ ਤੇ ਸਮਝ ਲਓ ਬਾਹਰ ਦਾ ਮਾਰਿਆ ਤੇ ਗੁਰੂ ਘਰ ਦੇ ਵਿੱਚ ਬਖਸ਼ਿਆ ਜਾਵੇਗਾ ਜਿਹੜਾ ਮਾਰਿਆ ਹੀ ਰੱਬ ਦੇ ਵੱਲੋਂ ਗਿਆ ਕਿੱਥੇ ਬਖਸ਼ਿਆ ਜਾਵੇਗਾ ਮਾਲਕ ਦੇ ਅੱਗੇ ਅਰਦਾਸ ਕਰੀਏ ਨਿਰਾਸ਼ ਹੋਣ ਦੀ ਨਹੀਂ ਇਸ ਜੀਵਨ ਨੂੰ ਸਮਝਣ ਦੀਆਂ ਗੱਲਾਂ ਨੇ ਵੀ ਉਮਰ ਤੇ ਜੀਵਨ 'ਚ ਫਰਕ ਵੇਖੀਏ ਜਿੱਦਣ ਇਹ ਜਾਗ ਪੈਂਦਾ ਹੈ ਜੀਵਨ ਫਿਰ ਉਮਰਾਂ ਦਾ ਮਸਲਾ ਹੀ ਨਹੀਂ ਰਹਿ ਜਾਂਦਾ ਵੀ ਕੀ ਵੱਡੀ ਉਮਰ ਹੈ ਤੇ ਕੀ ਛੋਟੀ ਉਮਰ ਹੈ ਫਿਰ ਇਹ ਮਸਲਾ ਇਹ ਬਣ ਜਾਂਦਾ ਹੈ ਵੀ ਮਹਾਰਾਜ ਜੀ ਤੁਸੀਂ ਇੱਕ ਨਿਮਕ ਵੀ ਦੇ ਦਿੱਤਾ ਤੇ ਕਮਾਲ ਹੈ ਇਸ ਜੀਵਨ ਦੇ ਵਿੱਚ ਪਰ ਉਹ ਜੀਵਨ ਦੀ ਸਮਝ ਵੀ ਤੇ ਹੋਵੇ ਮਾਲਕ ਜੀਵਨ ਮਿਲਿਆ ਹੈ ਤੇ ਜੀਵਨ ਜੀ ਕੇ ਜਾਈਏ ਉਮਰ ਹੀ ਨਾ ਕੱਲੀ ਭੋਗ ਜਾਈਏ ਹੈ ਥੋੜਾ ਜਿਹਾ ਵੱਖਰਾ ਵਿਸ਼ਾ ਗੁਰੂ ਬਖਸ਼ ਲਵੇ ਜਿੱਦਾਂ ਜਿੱਦਾਂ ਅੱਗੇ ਸਤਿਗੁਰੂ ਸੇਵਾ ਲੈਣਗੇ ਆਪਦੀ ਦੇ ਚਰਨਾਂ 'ਚ ਬੇਨਤੀ ਕਰਦਿਆਂ ਹੋਈਆਂ ਪੁੱਲਾਂ ਦੀ ਖਿਮਾ